ਪਪੀਤਾ ਕਿਵੇਂ ਔਰਤਾਂ ਵਾਸਤੇ, ਕਿਹੜੀਆਂ ਔਰਤਾਂ ਵਾਸਤੇ ਖਾਸ ਕਰਕੇ ਖਤਰਨਾਕ ਹੈ, ਅਨਾਨਾਸ ਕਿਹਨਾਂ ਨੂੰ ਨਹੀਂ ਖਾਣਾ ਚਾਹੀਦਾ, ਕੌਫੀ ਕਿਹਨਾਂ ਨੂੰ ਨਹੀਂ ਪੀਣੀ ਚਾਹੀਦੀ, ਐਲੋਵੇਰਾ ਜੈੱਲ ਦਾ ਇਸਤੇਮਾਲ ਜਿਹੜਾ ਉਹ ਕਿਉਂ ਨਹੀਂ ਕਰਨਾ ਚਾਹੀਦਾ, ਜਾਂ ਸਵੇਰੇ ਸਵੇਰੇ ਅੰਡਿਆਂ ਦਾ ਇਸਤੇਮਾਲ ਹੈਗਾ ਕਿਹੜੀਆਂ ਸਾਡੀਆਂ ਭੈਣਾਂ ਨੂੰ ਨਹੀਂ ਕਰਨਾ ਚਾਹੀਦਾ, ਇਹ ਸਾਰੇ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਹੈ, ਇਹਦੇ ਵਿੱਚ ਗੈਪ ਦਿਖ ਰਿਹਾ ਸਰ? ਹਾਂਜੀ, ਇੱਥੋਂ ਹੀ ਜਿਹੜਾ ਆਪਣਾ ਹੈਗਾ ਅੰਡਾਸ਼ਯ, ਜਿਹੜੇ ਐਗਸ ਹੈਗੇ ਆ ਉਹ ਇੱਥੇ ਹੀ ਮਿਲਣੇ ਹੁੰਦੇ ਆ। ਜਦੋਂ ਅਸੀਂ ਪੀਰੀਅਡਸ ਦਾ ਟਾਈਮ ਹੁੰਦਾ ਅਸੀਂ ਮੈਡੀਸਨ ਲੈ ਲੈਂਦੇ ਹਾਂ ਤਾਂ ਸਾਨੂੰ ਪੀਰੀਅਡਸ ਆ ਜਾਂਦੇ ਨੇ, ਜਦੋਂ ਅਸੀਂ ਮੈਡੀਸਨ ਨਹੀਂ ਇਸਤੇਮਾਲ ਕਰਦੇ ਸਾਨੂੰ 4-4 ਮਹੀਨੇ 3-3 ਮਹੀਨੇ ਪੀਰੀਅਡਸ ਸਾਨੂੰ ਪਤਾ ਹੀ ਨਹੀਂ ਲੱਗਦਾ, ਉਹ ਕਾਰਨ ਕੀ ਹੈ ਤੁਹਾਡੇ ਮੁਤਾਬਕ? ਸਰ ਇਹ ਜਿਵੇਂ ਯੂਟਰਸ ਹੈ ਬੱਚੀ ਦਾ ਫੀਮੇਲ ਦਾ ਅਤੇ ਇਹ ਓਵਰੀਜ਼ ਹੈ ਸਰ, ਅਗਰ ਉਸਨੂੰ ਪੀਰੀਅਡਸ ਨਹੀਂ ਆ ਰਹੇ ਤਾਂ ਇਸ ਓਵਰੀਜ਼ ਦੇ ਵਿੱਚ ਐੱਗ ਬਣ ਰਹੇ ਆ, ਕਿਉਂਕਿ ਉਸਨੂੰ ਇੱਕ ਵਾਰੀ ਦਾਗ ਲੱਗਿਆ ਨਾ, ਅਸੀਂ ਹੁਣੇ ਗੱਲ ਕੀਤੀ ਕਿ ਉਸਨੂੰ ਦਾਗ ਲੱਗਿਆ ਸਰ, ਇਹ ਐੱਗ ਉਹਦੇ ਅੰਦਰ ਬਣ ਰਹੇ ਆ ਪਰ ਐੱਗ ਬਾਹਰ ਨਹੀਂ ਆ ਰਹੇ ਇਸ ਓਵਰੀਜ਼ ਤੋਂ, ਕਾਰਨ ਕਿ ਇਹ ਓਵਰੀਜ਼ ਅੰਡਾਸ਼ਯ ਇਹ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ। ਸਰ ਇਹ ਅਗਰ ਪੀਰੀਅਡਸ ਪ੍ਰੋਪਰ ਨਹੀਂ ਆ ਰਹੇ ਉਸਨੂੰ, ਜਾਂ ਬੱਚਿਆਂ ਨੂੰ ਪੀਰੀਅਡਸ ਆ ਹੀ ਨਹੀਂ ਰਹੇ, ਜਿਵੇਂ ਆਪਾਂ ਹੁਣੇ ਗੱਲ ਕੀਤੀ 18-19 ਸਾਲ ਦੀ ਏਜ ਦੇ ਵਿੱਚ, ਸਰ ਉਹ ਡਾਇਰੈਕਟਲੀ ਇਹ ਵਾਲੇ ਫਾਰਮੂਲਾਸ ਯੂਜ਼ ਕਰ ਸਕਦੇ ਆ ਸਰ, ਜਿਵੇਂ ਵੀ ਉਹਨਾਂ ਨੂੰ ਕੰਸੀਵ ਹੋ ਜਾਂਦਾ, 15-10 ਦਿਨ ਰਹਿੰਦਾ ਵੀ ਹੈ, ਮਤਲਬ ਜਦੋਂ ਉਹਨਾਂ ਨੂੰ ਪੀਰੀਅਡਸ ਦਾ ਵੇਲਾ ਹੁੰਦਾ, ਪੀਰੀਅਡ ਆਉਂਦੇ ਨਹੀਂ, 10-15 ਦਿਨ ਉੱਪਰ ਲੰਘ ਜਾਂਦੇ ਨੇ, ਇਨ ਡੂਰੇਸ਼ਨ 'ਚੋਂ ਚੈੱਕ ਵੀ ਕਰਵਾਉਂਦੇ ਨੇ ਕਿ ਪ੍ਰੈਗਨੈਂਸੀ ਪੋਜ਼ਿਟਿਵ ਹੁੰਦੀ ਹੈ, ਲੇਕਿਨ ਹੁੰਦਾ ਕੀ ਹੈ 10-15 ਜਾਂ ਮਹੀਨੇ ਬਾਅਦ ਉਹ ਮਿਸਕੈਰੇਜ ਹੋ ਜਾਂਦੀ ਹੈ, ਇਹ ਕੀ ਕਾਰਨ ਹੈ ਜੀ? ਇਹ ਕੰਸੀਵ ਹੋਣ ਤੋਂ ਪਹਿਲਾਂ ਇਹ ਸਭ ਚੀਜ਼ਾਂ ਦਾ ਯੂਜ਼ ਕਰਨਾ ਸਰ, ਪਪਾਇਆ ਰਿਸੀਵਿੰਗ ਤੋਂ ਬਾਅਦ ਨਹੀਂ ਸਰ, ਜਿਸ ਤਰ੍ਹਾਂ ਹੀ ਕੰਸੀਵ ਹੋ ਗਿਆ ਉਹਨਾਂ ਨੂੰ ਪੋਜ਼ਿਟਿਵ ਆ ਗਿਆ, ਤਾਂ ਮੇਰੀਆਂ ਪਿਆਰੀਆਂ ਭੈਣਾਂ ਨੂੰ ਚਾਹੀਦਾ ਕਿ ਉਸ ਤੋਂ ਬਾਅਦ ਇਹ ਚੀਜ਼ ਬਿਲਕੁਲ ਬੰਦ ਕਰ ਦੇ, ਨਾ ਹੀ ਉਹਨਾਂ ਨੇ ਐੱਗ ਲੈਣੇ ਹੈ, ਨਾ ਹੀ ਉਹਨਾਂ ਨੇ ਐਲੋਵੀਰਾ ਲੈਣਾ ਆ, ਨਾ ਹੀ ਉਹਨਾਂ ਨੇ ਪਾਈਨਐਪਲ, ਕਿਉਂਕਿ ਇਹ ਸਭ ਚੀਜ਼ਾਂ ਗਰਮ ਹੈ, ਸਿਸਟ ਹੈ ਜਾਂ ਰਸੋਲੀਆਂ ਕਿਸੇ ਵੀ ਤਰ੍ਹਾਂ ਦੀਆਂ ਬਣੀਆਂ ਹੋਈਆਂ, ਤਾਂ ਸਰ ਇਹ ਡਾਇਰੈਕਟਲੀ ਮਤਲਬ ਸਾਡੇ ਕੋਲ ਆਰਡਰ ਹੋ ਰਹੇ ਆ ਲਿਜਾ, ਜਿਹਨਾਂ ਨੂੰ ਇਸ ਤਰ੍ਹਾਂ ਦੀ ਖੁਰਾਕ, ਇਸ ਤਰ੍ਹਾਂ ਦਾ ਭੋਜਨ ਨਹੀਂ ਮਿਲਦਾ ਜਾਂ ਨਹੀਂ ਉਹ ਲੈ ਵੀ ਰਹੇ ਨੇ ਜਾਂ ਨਹੀਂ ਵੀ ਲੈ ਰਹੇ, ਤਾਂ ਇਹ ਕੰਮ ਕਰਨਗੀਆਂ ਇਹ? ਐਗਜੈਕਟਲੀ ਸਰ। ਸਾਨੂੰ ਇਹ ਦੱਸੋ ਵੀ ਅੱਜ ਕੱਲ੍ਹ ਬਹੁਤ ਅਰਲੀ ਸਟੇਜ ਦੇ ਉੱਤੇ ਜਿਹੜੇ ਬੱਚੇ ਨੂੰ ਪੀਰੀਅਡ ਆ ਰਹੇ ਨੇ, ਛੋਟੇ ਛੋਟੇ ਬੱਚੇ ਨੂੰ, ਉਹਨਾਂ ਨੂੰ ਤਾਂ ਹਜੇ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਨਾਲ ਹੋ ਕੀ ਗਿਆ, ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ? ਆਉਣਾ ਕਿਹੜੀ ਉਮਰ 'ਚ ਚਾਹੀਦਾ ਸਾਨੂੰ ਇਹ ਦੱਸੋ ਜੀ, ਬੱਚੇਦਾਨੀ ਹੇਠਾਂ ਵਾਲੇ ਪਾਸੇ ਨੂੰ ਆ ਜਾਂਦੇ ਜਿਹਨੂੰ ਅਸੀਂ ਕਹਿੰਦੇ ਵੀ ਸਾਡੇ ਭਾਰ ਪੈ ਜਾਂਦਾ, ਉਹਦਾ ਕੀ ਕਾਰਨ ਹੁੰਦਾ ਜੀ? ਸਰ ਉੱਧਰੋਂ ਪ੍ਰੈਗਨੈਂਸੀ ਕੰਸੀਵ ਨਹੀਂ ਹੋ ਰਹੀ, ਉੱਧਰੋਂ ਅਸੀਂ ਇਸ ਤਰ੍ਹਾਂ ਦੀਆਂ ਬੈਡ ਹੈਬਿਟਸ ਆ, ਗਲਤ ਲਾਈਫ ਸਟਾਈਲ ਆ, ਅਤੇ ਸੈਕਿੰਡਲੀ ਅਸੀਂ ਕੀ ਕਰਦੇ ਹਾਂ ਕਿ ਇਹ ਨਿਸ਼ਾ ਰੋਕਣ ਦੇ ਨਾਲ ਸਾਡੇ ਸਿਰ ਦੇ ਵਿੱਚ ਕਫ ਵਗੈਰਾ ਜਮ੍ਹਾਂ ਹੁੰਦੀ ਹੈ। ਸਰ ਸੌਭਾਗਿਆ ਤਾਂ ਅਸੀਂ ਕਲੀਅਰ ਕਰੀਏ, ਡਾਕਟਰਸ ਐਲੋਪੈਥੀ ਕਹਿ ਦਿੰਦੇ ਆ ਕਿ AMH ਇਜ਼ ਰਿਸਪੋਂਸੀਬਲ ਫੋਰ ਕੰਸੈਪਸ਼ਨ, ਅਤੇ AMH ਇਨਕਰੀਜ਼ ਨਹੀਂ ਹੁੰਦਾ। ਸਰ ਮੇਰੇ ਐਕਸਪੀਰੀਅੰਸਿਸ ਕਹਿੰਦੇ ਆ ਕਿ 0.02 AMH ਨੂੰ ਮੈਂ ਵਿਦਿਨ ਅ ਮੰਥ ਸੌਭਾਗਿਆ ਮੈਡੀਸਨਸ ਦੇ ਨਾਲ 0.32 ਕੀਤਾ। ਅਤੇ ਵਿਆਹ ਤੋਂ ਬਾਅਦ ਗੋਲ ਮਟੋਲ ਕਿਉਂ ਹੋ ਜਾਂਦੇ ਨੇ ਜਨਾਨੀਆਂ ਅਤੇ ਬੰਦੇ ਜੀ, ਇਹ ਵੀ ਸਾਨੂੰ ਦੱਸ ਦਿਓ। ਸਰ ਇਹਦੇ ਪਿੱਛੇ ਕਾਰਨ ਤਾਂ ਜੀ ਇੱਕ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਸਾਡੀਆਂ ਮਾਵਾਂ ਪਪੀਤਾ ਖਾਂਦੀਆਂ ਨੇ, ਮੂੰਹ 'ਚ ਪਾਣੀ ਆ ਗਿਆ ਹੋਣਾ ਬਹੁਤ ਸਾਰਿਆਂ ਦੇ, ਗੱਪ ਗੱਪ ਕਰਕੇ ਪਪੀਤਾ ਖਾ ਜਾਂਦੇ ਹਾਂ ਅਸੀਂ, ਅਨਾਨਾਸ ਪਾਈਨਐਪਲ ਖਾਂਦੀਆਂ ਨੇ, ਔਰ
ਕੌਫੀ ਦੀ ਤਾਂ ਹੱਦ ਦਰਜੇ ਤੋਂ ਜਿਹੜੇ ਸ਼ੌਕੀਨ ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ, ਅਤੇ ਅੰਡੇ ਸਵੇਰੇ ਸਵੇਰੇ ਖੁਦ ਵੀ ਖਾਂਦੀਆਂ ਨੇ, ਆਪਣੇ ਬੱਚਿਆਂ ਨੂੰ ਵੀ ਉਹ ਔਮਲੇਟ ਵਗੈਰਾ ਜਾਂ ਬੋਇਲ ਐੱਗ ਕਰਕੇ ਦਿੰਦੀਆਂ ਨੇ, ਅਤੇ ਐਲੋਵੇਰਾ ਵੀ ਕਈ ਵਾਰ ਉਹ ਪਾਣੀ 'ਚ ਘੋਲ ਕੇ ਜਾਂ ਕਿਸੇ ਚਟਨੀ ਦੇ ਰੂਪ 'ਚ ਇਸਤੇਮਾਲ ਕਰਦੀਆਂ ਨੇ। ਤਾਂ ਉਹਨਾਂ ਵਾਸਤੇ ਅੱਜ ਬੜੀ ਹੀ ਮਾੜੀ ਖਬਰ ਹੈ। ਮਾੜੀ ਖਬਰ ਕਿਉਂ ਹੈ ਇਹ ਸਾਨੂੰ ਵੀ ਪਤਾ ਨਹੀਂ, ਪਰ ਜਿਹੜੇ ਸੀਨੀਅਰ ਨਰਸਿੰਗ ਆਫਿਸਰ ਨੇ ਮੈਡਮ ਹਰਮੀਤ ਜੀ, ਉਹਨਾਂ ਦਾ ਕਹਿਣਾ ਹੈ ਕਿ ਇਹ ਬੜਾ ਮਾੜਾ ਟ੍ਰੈਂਡ ਹੈਗਾ ਜਿਹੜਾ ਪਪੀਤਾ, ਅਨਾਨਾਸ, ਐਲੋਵੇਰਾ, ਕੌਫੀ ਅਤੇ ਆਂਡੇ ਸਾਡੀਆਂ ਭੈਣਾਂ ਖਾਂਦੀਆਂ ਨੇ। ਕੀ ਦਿੱਕਤਾਂ, ਕੀ ਪਰੇਸ਼ਾਨੀਆਂ ਆ ਸਕਦੀਆਂ ਨੇ, ਅੱਜ ਇਹੀ ਡਿਸਕਸ ਅਸੀਂ ਕਰਨਾ ਹੈ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ, ਅਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫਿਸਰ ਮੈਡਮ ਹਰਮੀਤ ਜੀ। ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਧੰਨਵਾਦ ਸਰ ਸਾਰਿਆਂ ਦਾ ਅਤੇ ਸੁਣਨ ਵਾਲਿਆਂ ਦਾ ਵੀ। ਅਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ, ਲਾਸਟ ਵੀਡੀਓਜ਼ ਦੇ ਵਿੱਚ ਜਿਹੜੇ ਮੈਨੂੰ ਮੈਸੇਜ ਆ ਰਹੇ ਹੈਗੇ ਹੈ ਅਤੇ ਕਾਲਸ ਵੀ ਆ ਰਹੀਆਂ, ਜਿਹੜੇ ਅਸੀਂ ਫਾਰਮੂਲਾਸ ਦੱਸ ਰਹੇ ਹੈਗੇ ਹਾਂ, ਅਤੇ ਉਹ ਸਾਰੇ ਫਾਰਮੂਲਾਸ ਨੂੰ ਪੇਸ਼ੈਂਟ ਆਪ ਹੀ ਉਹਨਾਂ ਨੂੰ ਫੋਲੋ ਕਰਕੇ ਅਤੇ ਸਾਨੂੰ ਪੋਜ਼ੀਟਿਵ ਕਾਲਸ ਕਰਦੇ ਕਿ ਮੈਮ ਅਸੀਂ ਇਹ ਫੋਲੋ ਕੀਤਾ ਸੀਗਾ ਅਤੇ ਸਾਨੂੰ ਇਹ ਬੈਨੀਫਿਟ ਹੋਇਆ, ਅਤੇ ਇਸ ਕਰਕੇ ਮੈਂ ਉਹਨਾਂ ਨੂੰ ਪੋਜ਼ੀਟਿਵਲੀ ਮੈਂ ਉਹਨਾਂ ਨੂੰ ਕੌਂਸਲ ਕਰਾਂਗੀ ਕਿ ਉਹਨਾਂ ਲਈ ਇਹ ਬਹੁਤ ਅੱਛੀ ਗੱਲ ਹੈ। ਜੀ ਜੀ, ਅੱਛਾ ਮੈਮ, ਅਸੀਂ ਇਸ ਬਾਬਤ ਵੀ ਗੱਲਬਾਤ ਕਰਾਂਗੇ ਕਿ ਪਪੀਤਾ ਕਿਵੇਂ ਔਰਤਾਂ ਵਾਸਤੇ, ਕਿਹੜੀਆਂ ਔਰਤਾਂ ਵਾਸਤੇ ਖਾਸ ਕਰਕੇ ਖਤਰਨਾਕ ਹੈ, ਅਨਾਨਾਸ ਕਿਹਨਾਂ ਨੂੰ ਨਹੀਂ ਖਾਣਾ ਚਾਹੀਦਾ, ਕੌਫੀ ਕਿਹਨਾਂ ਨੂੰ ਨਹੀਂ ਪੀਣੀ ਚਾਹੀਦੀ, ਐਲੋਵੇਰਾ ਜੈੱਲ ਦਾ ਇਸਤੇਮਾਲ ਜਿਹੜਾ ਉਹ ਕਿਉਂ ਨਹੀਂ ਕਰਨਾ ਚਾਹੀਦਾ, ਜਾਂ ਸਵੇਰੇ ਸਵੇਰੇ ਅੰਡਿਆਂ ਦਾ ਇਸਤੇਮਾਲ ਹੈਗਾ ਕਿਹੜੀਆਂ ਸਾਡੀਆਂ ਭੈਣਾਂ ਨੂੰ ਨਹੀਂ ਕਰਨਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਪੁੱਛਾਂਗੇ ਕਿ ਖਤਰਨਾਕ ਪੱਧਰ 'ਤੇ ਕਿਵੇਂ ਲੈ ਕੇ ਜਾਂਦੀਆਂ ਨੇ। ਬਹੁਤ ਸਾਰੀਆਂ ਭੈਣਾਂ ਦੇ ਸਵਾਲ ਮੇਰੇ ਕੋਲ ਇਹ ਵੀ ਆਇਆ ਜੀ ਮੈਮ ਕਿ ਜਦੋਂ ਅਸੀਂ ਪੀਰੀਅਡਸ ਦਾ ਟਾਈਮ ਹੁੰਦਾ ਅਸੀਂ ਮੈਡੀਸਨ ਲੈ ਲੈਂਦੇ ਹਾਂ ਤਾਂ ਸਾਨੂੰ ਪੀਰੀਅਡਸ ਆ ਜਾਂਦੇ ਨੇ, ਜਦੋਂ ਅਸੀਂ ਮੈਡੀਸਨ ਨਹੀਂ ਇਸਤੇਮਾਲ ਕਰਦੇ ਸਾਨੂੰ 4-4 ਮਹੀਨੇ, 3-3 ਮਹੀਨੇ ਪੀਰੀਅਡ ਸਾਨੂੰ ਪਤਾ ਨਹੀਂ ਲੱਗਦਾ, ਉਹ ਕਾਰਨ ਕੀ ਹੈ ਤੁਹਾਡੇ ਮੁਤਾਬਕ? ਸਰ ਹੁਣੇ ਜਿਹੜਾ ਆਪਾਂ ਸਵਾਲ ਕੀਤਾ ਸੀਗਾ, ਜੇ ਆਪਾਂ ਦੇਖੀਏ ਤਾਂ ਸਮਟਾਈਮ 18-19 ਸਾਲ ਦੀ ਲੜਕੀ ਨੂੰ ਵੀ ਪੀਰੀਅਡਸ ਨਹੀਂ ਆਉਂਦੇਗੇ, ਅਤੇ ਓਨ ਦਾ ਅਦਰ ਹੈਂਡ ਸਮਟਾਈਮ ਕੀ ਹੁੰਦਾ ਹੈਗਾ ਕਿ 15 ਸਾਲ ਜਾਂ 12-15 ਦੇ ਵਿੱਚ ਇੱਕ ਵਾਰੀ ਪੀਰੀਅਡ ਆਏ ਅਤੇ ਕਹਿ ਦਿੰਦੇ ਹੈਗੀਆਂ ਬੱਚੀਆਂ ਦੀਆਂ ਮਦਰਸ ਕਿ ਇੱਕ ਵਾਰੀ ਦਾਗ ਲੱਗਿਆ ਸੀਗਾ ਅਤੇ ਉਸ ਤੋਂ ਬਾਅਦ ਪੀਰੀਅਡਸ ਆ ਹੀ ਨਹੀਂ ਰਹੇ ਹੈਗੇ, ਤਾਂ ਉਸ ਕੇਸ ਦੇ ਵਿੱਚ ਮੰਨ ਲਓ 15-18-19 ਈਅਰਸ ਹੋ ਗਏ, ਤਾਂ ਫਿਰ ਉਹ ਜਿਵੇਂ ਹੀ ਕੰਸਲਟ ਕਰਦੀਆਂ ਅਤੇ ਸਰ ਉਹ ਐਲੋਪੈਥੀ ਮੈਡੀਸਨ ਆਉਂਦੀਆਂ ਜਿਹੜੀਆਂ ਕਿ ਐਸਟ੍ਰੋਜਨ ਅਤੇ ਪ੍ਰੋਜੈਸਟਰਨ ਲੈਵਲ ਨੂੰ ਇਨਕਰੀਜ਼ ਕਰਦੀਆਂ, ਫਿਰ ਉਹ ਉਸ ਟਾਈਮ ਤੋਂ ਹਰ ਮੰਥ ਮੈਡੀਸਨ ਦੇਣੀ ਆਪਣੀ ਬੱਚੀਆਂ ਨੂੰ ਸ਼ੁਰੂ ਕਰ ਦਿੰਦੇ ਹੈ ਕਿ ਜਿਹੜੇ ਆਫਟਰ ਮੈਰਿਜ ਤੱਕ ਵੀ ਸਰ ਚੱਲਦੀ ਰਹਿੰਦੀ ਹੈ। ਔਰ ਇਹਦੇ ਜਿਹੜੇ ਮੇਨ ਰੀਜ਼ਨਸ ਹੈ ਉਹ ਮੈਂ ਤੁਹਾਨੂੰ ਸਰ ਹੁਣ ਗ੍ਰੈਮੈਟੀਕਲੀ ਦੱਸਦੀ ਹਾਂ। ਸਰ ਇਹ ਜਿਵੇਂ ਯੂਟਰਸ ਹੈ ਬੱਚੀ ਦਾ, ਫੀਮੇਲ ਦਾ, ਅਤੇ ਇਹ ਓਵਰੀਜ਼ ਹੈ ਸਰ, ਅਗਰ ਉਸਨੂੰ ਪੀਰੀਅਡਸ ਨਹੀਂ ਆ ਰਹੇ ਤਾਂ ਇਸ ਓਵਰੀਜ਼ ਦੇ ਵਿੱਚ ਐੱਗ ਬਣ ਰਹੇ ਹੈ, ਕਿਉਂਕਿ ਉਸਨੂੰ ਇੱਕ ਵਾਰੀ ਦਾਗ ਲੱਗਿਆ ਨਾ, ਅਸੀਂ ਹੁਣੇ ਗੱਲ ਕੀਤੀ ਕਿ ਉਸਨੂੰ ਦਾਗ ਲੱਗਿਆ, ਸਰ ਇਹ ਐੱਗ ਉਹਦੇ ਅੰਦਰ ਬਣ ਰਹੇ ਹੈ ਪਰ ਐੱਗ ਬਾਹਰ ਨਹੀਂ ਆ ਰਹੇ ਇਸ ਓਵਰੀਜ਼ ਤੋਂ, ਕਾਰਨ ਕਿ ਇਹ ਓਵਰੀਜ਼ ਅੰਡਾਸ਼ਯ ਇਹ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ, ਅਤੇ ਦੂਸਰੀ ਤਰਫ ਅਗਰ ਇਹ ਮੰਨ ਲਓ ਕੰਮ ਕਰ ਵੀ ਰਿਹਾ ਹੈ, ਇਨ ਕੇਸ ਇਹ ਬਾਹਰ ਆ ਜਾਂਦਾ ਹੈ ਸਰ, ਤਾਂ ਫਿਰ ਸੈਕਿੰਡ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੀ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਆਪਾਂ ਡਾਇਆਗ੍ਰਾਮ 'ਤੇ ਦੇਖ ਰਹੇ ਹਾਂ ਜੀ, ਸਰ ਇਹ ਡਾਇਆਗ੍ਰਾਮ ਰੱਖਿਆ ਹੋਇਆ ਆਪਾਂ, ਅਤੇ ਇਹ ਐਂਡੋਮੈਟ੍ਰੋਸਿਸ ਲਾਈਨਿੰਗ ਹੈ, ਇਹਦੇ ਵਿੱਚ ਗੈਪ ਦਿਖ ਰਿਹਾ ਸਰ, ਇੱਥੋਂ ਹੀ ਜਿਹੜਾ ਆਪਣਾ ਹੈਗਾ ਅੰਡਾਸ਼ਯ ਜਿਹੜੇ ਐਗਸ ਹੈਗੇ ਹੈ ਉਹ ਇੱਥੇ ਹੀ ਮਿਲਣੇ ਹੁੰਦੇ ਆ, ਔਰ ਹੁੰਦਾ ਕੀ ਹੈ, ਫਸਟ ਰੀਜ਼ਨ ਮੈਂ ਹੁਣੇ ਦੱਸਿਆ ਐਗਸ ਹੈਗੇ ਆ ਪਰ ਉਹ ਬਾਹਰ ਨਹੀਂ ਆ ਰਹੇ, ਔਰ ਦੂਸਰੀ ਤਰਫ
ਅਗਰ ਇਹ ਬਾਹਰ ਆ ਰਹੇ ਹੈ ਤਾਂ ਸਰ ਜਿਹੜੀ ਆਪ ਗੈਪ ਦਿੱਤਾ ਨਾ, ਸੇਮ ਇੱਥੇ ਗੈਪ ਹੈ ਔਰ ਮੈਂ ਇੱਥੇ ਦਿੱਤਾ, ਇਹ ਸਰ ਗੈਪ ਹੁੰਦਾ ਹੀ ਨਹੀਂ ਉਹਨਾਂ ਦੇ ਅੱਜ ਦੇ ਲਾਈਫ ਸਟਾਈਲ ਦੇ ਹਿਸਾਬ ਨਾਲ, ਲਾਈਨਿੰਗ ਇਹ ਚਿਪਕ ਜਾਂਦੀ ਹੈ ਸਰ। ਇਹ ਅਗਰ ਚਿਪਕ ਹੀ ਗਈ ਤਾਂ ਅੰਡਾਸ਼ਯ ਮੰਨ ਲਓ ਬਾਹਰ ਆ ਗਿਆ ਹੈ, ਤਾਂ ਇਹ ਕਿਸ ਤਰ੍ਹਾਂ ਅੰਦਰ ਜਾਏਗਾ ਸਰ? ਕਿਉਂਕਿ ਇਹਦੇ 'ਚ ਸਪੇਸ ਹੀ ਨਹੀਂ ਹੈ ਨਾ, ਵੇ ਹੀ ਨਹੀਂ ਹੈ ਕਿ ਜਿਹੜਾ ਫਲੋ ਬਾਹਰ ਆਏ ਉਹ ਇੱਥੇ ਹੀ ਰਹਿ ਜਾਏਗਾ। ਔਰ ਇੱਥੇ ਰਹਿਣ ਕਰਕੇ ਹੁੰਦਾ ਕੀ ਹੈ ਸਰ, ਇਹ ਫਿਰ ਰਸੋਲੀਆਂ ਬਣ ਜਾਂਦੀਆਂ, ਸਿਸਟ ਬਣ ਜਾਂਦੀਆਂ ਤਰ੍ਹਾਂ ਤਰ੍ਹਾਂ ਦੀਆਂ, ਅਤੇ ਉਹ ਅੰਦਰ ਹੀ ਰਹਿ ਜਾਂਦਾ। ਅੱਛਾ ਮੈਮ, ਇੱਕ ਹੋਰ ਬੜਾ ਮਸਲਾ, ਇੱਕ ਬੜਾ ਮਸਲਾ ਸਵਾਲ ਮੇਰੇ ਕੋਲ ਇਹ ਆਇਆ, ਬਹੁਤ ਸਾਰੀਆਂ ਭੈਣਾਂ ਨੇ ਸਾਨੂੰ ਸਵਾਲ ਪੁੱਛਿਆ ਵੀ ਮੈਡਮ ਤੋਂ ਇਹ ਗੱਲ ਜ਼ਰੂਰ ਪੁੱਛਿਓ ਵੀ ਉਹਨਾਂ ਨੂੰ ਕੰਸੀਵ ਹੋ ਜਾਂਦਾ ਹੈ, 15 ਦਿਨ 10 ਦਿਨ ਰਹਿੰਦਾ ਵੀ ਹੈ, ਮਤਲਬ ਜਦੋਂ ਉਹਨਾਂ ਨੂੰ ਪੀਰੀਅਡਸ ਦਾ ਵੇਲਾ ਹੁੰਦਾ, ਪੀਰੀਅਡ ਆਉਂਦੇ ਨਹੀਂ, 10-15 ਦਿਨ ਉੱਪਰ ਲੰਘ ਜਾਂਦੇ ਨੇ, ਇਨ ਡੂਰੇਸ਼ਨ 'ਚੋਂ ਚੈੱਕ ਵੀ ਕਰਵਾਉਂਦੇ ਨੇ ਕਿ ਪ੍ਰੈਗਨੈਂਸੀ ਪੋਜ਼ਿਟਿਵ ਹੁੰਦੀ ਹੈ, ਲੇਕਿਨ ਹੁੰਦਾ ਕੀ ਹੈ 10 ਜਾਂ 15 ਜਾਂ ਮਹੀਨੇ ਬਾਅਦ ਉਹ ਮਿਸਕੈਰੇਜ ਹੋ ਜਾਂਦੀ ਹੈ, ਇਹ ਕੀ ਕਾਰਨ ਹੈ ਜੀ? ਸਰ ਜਦੋਂ ਇਹ ਪ੍ਰੈਗਨੈਂਸੀ ਇੱਕ ਵਾਰੀ ਕੰਸੀਵ ਹੋ ਜਾਂਦੀ ਹੈ ਅਤੇ ਆਉਂਦੀ ਹੈ ਕਿ ਪ੍ਰੈਗਨੈਂਸੀ ਕੰਸੀਵ ਹੋ ਗਿਆ, ਸਰ ਇਸ ਨੂੰ ਆਪਾਂ ਕੈਮੀਕਲ ਪ੍ਰੈਗਨੈਂਸੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਕਿ ਸਰ ਆਪਾਂ ਉਹ ਮੰਨ ਲਓ ਕਿ ਕੰਸੀਵ ਹੋ ਗਿਆ ਅਤੇ ਫਿਰ ਉਹ ਯੂਰੀਨ ਟੈਸਟ ਕਰਦੀ ਹਾਂ ਅਤੇ ਯੂਰੀਨ 'ਚ ਪੋਜ਼ਿਟਿਵ ਆ ਜਾਂਦਾ ਹੈ, ਥੋੜ੍ਹੇ ਟਾਈਮ ਬਾਅਦ ਹੁੰਦਾ ਕੀ ਹੈ ਕਿ ਉਹਨਾਂ ਨੂੰ ਡਾਇਟ ਦਾ ਨਹੀਂ ਪਤਾ ਹੁੰਦਾ ਵੀ ਅਸੀਂ ਖਾਣਾ ਕੀ ਹੈਗਾ। ਅਤੇ ਇਹਦੇ 2 ਰੀਜ਼ਨਸ ਹੁੰਦੇ ਸਰ, ਇੱਕ ਤਾਂ ਆਪਾਂ ਇਸਨੂੰ ਕੈਮੀਕਲ ਪ੍ਰੈਗਨੈਂਸੀ 'ਚ ਵੀ ਆਪਾਂ ਇਸਨੂੰ ਕਹਿ ਸਕਦੇ ਹਾਂ, ਅਤੇ ਉਹਦਾ ਅਦਰ ਹੈਂਡ ਜਦੋਂ ਕੰਸੀਵ ਹੋ ਗਿਆ ਸਰ, ਉਹਨਾਂ ਨੂੰ ਪਹਿਲਾਂ ਦੱਸਿਆ ਜਾਂਦਾ ਹੈ ਕਿ ਪ੍ਰੈਗਨੈਂਸੀ ਕੰਸੀਵ ਕਰਨ ਲਈ ਆਪਣੇ ਲਈ ਪਾਈਨਐਪਲ, ਜਿਵੇਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀਗਾ, ਪਾਈਨਐਪਲ ਦੇ ਵਿੱਚ ਬ੍ਰੋਮੀਲੀਅਨ ਐਨਜ਼ਾਈਮ ਹੈ, ਇਹ ਆਪਣੇ ਯੂਟਰਸ ਨੂੰ ਸਟਰੋਂਗ ਕਰਦਾ ਹੈ ਅਤੇ ਇਹ ਬਹੁਤ ਅੱਛਾ ਹੈ, ਤੁਸੀਂ ਲੈਣਾ ਆ। ਸਰ ਇਹ ਸਭ ਚੀਜ਼ਾਂ ਕਿ ਸਾਡੇ ਇਸ ਦੇ ਵਿੱਚ ਕੋਈ ਵੀ ਇਨਫੈਕਸ਼ਨ ਜਾਂ PID ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਰਹੇ, ਐਂਡੋਮੈਟ੍ਰੋਸਿਸ ਦੇ ਵਿੱਚ ਜਾਂ ਓਵਰੀਜ਼ ਦੀ ਜਿਹੜੀ ਹੈ ਆਕਸੀਡੇਸ਼ਨ ਉਹ ਪ੍ਰੋਪਰ ਹੁੰਦੀ ਰਹੇ। ਸਰ ਡਿਫਰੈਂਸ ਸਮਝੋ ਔਰ ਸੁਣਨ ਵਾਲੇ ਵੀ ਸਮਝਣ ਕਿ ਇਹ ਕੰਸੀਵ ਹੋਣ ਤੋਂ ਪਹਿਲਾਂ ਇਹ ਸਭ ਚੀਜ਼ਾਂ ਦਾ ਯੂਜ਼ ਕਰਨਾ ਸਰ, ਪਪਾਇਆ ਰਿਸੀਵਿੰਗ ਤੋਂ ਬਾਅਦ ਨਹੀਂ। ਸਰ ਜਿਸ ਤਰ੍ਹਾਂ ਹੀ ਕੰਸੀਵ ਹੋ ਗਿਆ ਉਹਨਾਂ ਨੂੰ ਪੋਜ਼ਿਟਿਵ ਆ ਗਿਆ, ਉਸ ਤੋਂ ਬਾਅਦ ਇਹ ਤਾਂ ਅਸੀਂ ਕਿਹਾ ਹੈ ਕਿ ਇਹਦੇ ਨਾਲ ਬਲੱਡ ਫਲੋ ਵਧੇਗਾ, ਠੀਕ ਹੈ, ਅਤੇ ਸਾਡੀ ਇਨਫੈਕਸ਼ਨ ਕਵਰ ਹੋਏਗੀ। ਪਰ ਜਿਵੇਂ ਹੀ ਪੋਜ਼ਿਟਿਵ ਆ ਗਿਆ ਤਾਂ ਮੇਰੀਆਂ ਪਿਆਰੀਆਂ ਭੈਣਾਂ ਨੂੰ ਚਾਹੀਦਾ ਕਿ ਉਸ ਤੋਂ ਬਾਅਦ ਇਹ ਚੀਜ਼ ਬਿਲਕੁਲ ਬੰਦ ਕਰ ਦੇਣ, ਨਾ ਹੀ ਉਹਨਾਂ ਨੇ ਐੱਗ ਲੈਣੇ ਹੈ, ਨਾ ਹੀ ਉਹਨਾਂ ਨੇ ਐਲੋਵੀਰਾ ਲੈਣਾ ਆ, ਨਾ ਹੀ ਉਹਨਾਂ ਨੇ ਪਾਈਨਐਪਲ ਲੈ, ਕਿਉਂਕਿ ਇਹ ਸਭ ਚੀਜ਼ਾਂ ਗਰਮ ਹੈ ਨਾ, ਇਹ ਆਪਾਂ ਸਿਰਫ ਫਲੋ ਵਧਾਉਣ ਲਈ ਕੀਤੀਆਂ ਸੀਗੀਆਂ, ਓਵਰੀਜ਼ ਦਾ ਜਿਹੜਾ ਆਕਸੀਡੇਸ਼ਨ ਹੈ ਉਹ ਪ੍ਰੋਪਰ ਕਰਨ ਲਈ ਕੀਤਾ ਸੀਗਾ। ਜਦ ਕੰਸੀਵ ਹੋ ਗਿਆ ਉਸ ਤੋਂ ਬਾਅਦ ਇਹ ਸਭ ਚੀਜ਼ਾਂ ਸਟਿਕਲੀ ਉਹਦਾ ਨੈਕਸਟ ਡੇ ਤੋਂ ਹੀ ਸਾਨੂੰ ਬੰਦ ਕਰ ਦੇਣੀਆਂ ਚਾਹੀਦੀਆਂ। ਅੱਛਾ ਮੈਮ, ਫਿਰ ਇੱਕ ਤੁਸੀਂ ਕਿਉਂਕਿ ਪਹਿਲਾਂ ਵੀ ਦੱਸਿਆ ਹੈ ਮਿਸਕੈਰੇਜ ਦੀ ਗੱਲ ਇਹ ਹੋ ਗਈ ਹੈ, ਮਿਸਕੈਰੇਜ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਜਿਹੜੀ ਸਾਡੀਆਂ ਭੈਣਾਂ ਨੂੰ ਆਉਂਦੀ ਹੈ ਇਹ ਹੈ ਕਿ ਬਹੁਤ ਵਾਰ ਹੁੰਦਾ ਹੈ ਕਿ ਬੱਚੇਦਾਨੀ ਹੇਠਾਂ ਵਾਲੇ ਪਾਸੇ ਨੂੰ ਆ ਜਾਂਦੇ, ਜਿਹਨੂੰ ਅਸੀਂ ਕਹਿੰਦੇ ਵੀ ਸਾਡੇ ਭਾਰ ਪੈ ਜਾਂਦਾ, ਉਹਦਾ ਕੀ ਕਾਰਨ ਹੁੰਦਾ ਜੀ? ਸਰ ਜਿਸ ਦਾ ਆਪਾਂ ਕਾਰਨ ਲਾਈਏ ਤਾਂ ਇਹ ਹਾਰਮੋਨ ਇੰਬੈਲੈਂਸ ਵੀ ਹੁੰਦੇ ਹੈਗੇ, ਇੰਬੈਲੈਂਸ ਹੋਣ ਬਾਅਦ ਉਹਨਾਂ ਦੀ ਡਾਇਟ ਪ੍ਰੋਪਰ ਨਹੀਂ ਹੈ, ਪਰ ਉਹਦਾ ਅਦਰ ਹੈਂਡ ਇਹ ਸਾਡੇ ਓਵਰੀਜ਼ ਦੇ ਫੰਕਸ਼ਨ ਦੇ ਸਾਰੇ ਮੈਸਜ ਪਿਟਿਊਟਰੀ ਗਲੈਂਡ ਨੇ ਦੇਣੇ ਹੈਗੇ ਹੈ। ਅਤੇ ਉਦੋਂ ਅੱਜ ਕੱਲ੍ਹ ਦੇ ਟਾਈਮ 'ਤੇ ਦੇਖਿਆ ਵੀ ਜਾਵੇ ਕਿ ਕੁਛ ਬੈਡ ਹੈਬਿਟਸ ਇਸ ਤਰ੍ਹਾਂ ਦੀਆਂ ਹੈਗੀਆਂ ਗਰਲਸ ਨੂੰ, ਜਾਂ ਸਟੈਂਡਰਡ ਮੈਨਟੇਨ ਕਰਦਿਆਂ ਹੋਇਆਂ ਨਿੱਛਾਂ ਵਗੈਰਾ ਆਉਂਦੀਆਂ, ਅਤੇ ਅਸੀਂ ਉਹ ਨਿੱਛ ਰੋਕ ਲੈਂਦੇ, ਰੋਕ ਕੇ ਉਲਟਾ ਕਹਿੰਦੇ ਹਾਂ ਸੋਰੀ। ਸਰ ਸਾਨੂੰ ਉਲਟਾ ਇਹ ਨਿੱਛਾ, ਕਿਉਂਕਿ ਇਹ ਨੈਚੁਰਲ ਚੀਜ਼ਾਂ ਹੈ ਜਿਹੜੀ ਸਾਨੂੰ ਕੁਦਰਤ ਨੇ ਦਿੱਤੀਆਂ, ਅਤੇ ਸਾਡੀ ਬੋਡੀ ਨੇ ਇਹ ਗਰੋਸ ਕਰਨੀਆਂ ਹੀ ਕਰਨੀਆਂ, ਤਾਂ ਅਸੀਂ ਕਿਉਂ ਖੁੱਲ੍ਹ ਕੇ ਆਪਣੇ ਜਿਹੜੇ ਸਾਰੇ ਜਿਸ ਤਰ੍ਹਾਂ ਕਿ ਆਪਣਾ ਡਾਈਜੈਸ਼ਨ ਖਰਾਬ ਹੁੰਦਾ, ਅਤੇ ਸਰ ਜਿਵੇਂ ਗੈਸ ਵਗੈਰਾ ਆਪਾਂ ਛੱਡਦੇ ਹੈਗੇ ਨਾ, ਇਹ ਓਪਨਲੀ ਜਿਸ ਤਰ੍ਹਾਂ ਕਿ ਮੇਲਸ ਥੋੜ੍ਹੇ ਮਤਲਬ
ਓਪਨ ਛੱਡਦੇ ਹੈਗੇ ਗੈਸ ਵਗੈਰਾ ਜਿਵੇਂ, ਪਰ ਲੇਡੀਜ਼ ਥੋੜ੍ਹਾ ਸੰਗ ਜਾਂਦੀਆਂ ਹੈਗੀਆਂ, ਉਹ ਕੈਂਪਸ ਦੇ ਵਿੱਚ ਦਬਾ ਲੈਂਦੀਆਂ ਇਹ ਸਭ ਚੀਜ਼ਾਂ ਦਬਾਉਣ ਦੇ ਨਾਲ। ਉਹਦਾ ਅਦਰ ਹੈਂਡ ਜੇ ਛਿੱਕਾਂ ਵੀ ਆਪਾਂ ਦਬਾ ਰਹੇ ਹਾਂ ਸਰ, ਇਟ ਮੀਨ ਸਾਡਾ ਇੱਥੇ ਕਫ ਬਣ ਰਹੀ ਹੈ ਸਿਰ ਦੇ ਵਿੱਚ, ਕਫ ਬਣਦੀ ਹੈ, ਅਤੇ ਇਹਦੇ ਕਾਰਨ ਦੇ ਨਾਲ ਸਰ ਉੱਧਰੋਂ ਪ੍ਰੈਗਨੈਂਸੀ ਕੰਸੀਵ ਨਹੀਂ ਹੋ ਰਹੀ, ਉੱਧਰੋਂ ਅਸੀਂ ਇਸ ਤਰ੍ਹਾਂ ਦੀਆਂ ਬੈਡ ਹੈਬਿਟਸ 'ਚ ਹਾਂ, ਗਲਤ ਲਾਈਫ ਸਟਾਈਲ ਆ, ਅਤੇ ਸੈਕਿੰਡਲੀ ਅਸੀਂ ਕੀ ਕਰਦੇ ਹਾਂ ਕਿ ਇਹ ਨਿੱਛਾ ਰੋਕਣ ਦੇ ਨਾਲ ਸਾਡੇ ਸਿਰ ਦੇ ਵਿੱਚ ਕਫ ਵਗੈਰਾ ਜਮ੍ਹਾਂ ਹੁੰਦੀ ਹੈ। ਹੁਣ ਅਸੀਂ ਗੱਲ ਕੀਤੀ ਹੇਅਰ ਫੋਲ ਦੀ, ਇਹਦਾ ਇਹ ਰੀਜ਼ਨ ਆ, ਔਰ ਅਗਰ ਕਫ ਜਮ੍ਹਾਂ ਹੋਏਗੀ ਤਾਂ ਸਰ ਪਿਟਿਊਟਰੀ ਗਲੈਂਡ ਨੇ ਹੀ ਤਾਂ ਸਰ ਮੈਸੇਜ ਦੇਣਾ ਸਾਡੀ ਓਵਰੀਜ਼ ਨੂੰ ਪ੍ਰੋਪਰ ਫੰਕਸ਼ਨ ਲਈ, ਤਾਂ ਉਹ ਪ੍ਰੋਪਰ ਫੰਕਸ਼ਨ ਲਈ ਮੈਸੇਜ ਨਹੀਂ ਜਾ ਪਾਏਗਾ। ਤਾਂ ਸਰ ਇਹ ਬਹੁਤ ਸਾਰੇ ਰੀਜ਼ਨਸ ਹੈ। ਅੱਛਾ, ਹੋਰ ਕਿਹੜੇ ਰੀਜ਼ਨ ਨੇ ਜਿਹਦੇ ਕਰਕੇ ਜਿਹੜੀ ਮਿਸਕੈਰੇਜ ਹੋ ਸਕਦਾ ਹੈ? ਹੋਰ ਇੱਕ ਤਾਂ ਤੁਸੀਂ ਛਿੱਕ ਦੱਸਿਆ ਵੀ ਛਿੱਕ ਹੈ ਜਿਹੜੀ ਇੰਨੀ ਜ਼ੋਰ ਦੀ ਵੀ ਨਹੀਂ ਮਾਰਨੀ ਕਿ ਸਾਡਾ ਜਿਹੜਾ ਭਰੂਣ ਹੈਗਾ ਉਹ ਇਫੈਕਟ ਹੋ ਜਾਵੇ, ਔਰ ਇੰਨੀ ਹੌਲੀ ਵੀ ਨਹੀਂ ਤੁਸੀਂ ਮਾਰਨੀ ਪ੍ਰੈਗਨੈਂਸੀ ਦੇ ਦੌਰਾਨ ਕਿ ਪ੍ਰੈਸ਼ਰ ਤੁਹਾਡੇ ਅੰਦਰ ਬਣ ਕੇ ਤੁਹਾਨੂੰ ਉਹ ਇਫੈਕਟ ਕਰੇ। ਹੋਰ ਕਿਹੜੇ ਕਾਰਨ ਮੰਨਦੇ ਹੋ ਤੁਸੀਂ? ਸਰ ਜਿਹੜੀਆਂ ਵੀ ਆਪਣਾ ਖਾਣਾ ਪੀਣਾ ਇਸ ਦਾ ਤਾਂ ਆਪਾਂ ਨੂੰ ਧਿਆਨ ਰੱਖਣਾ ਹੀ ਪਏਗਾ, ਪਰ ਜਦੋਂ ਆਪਾਂ ਨੂੰ ਪ੍ਰੈਗਨੈਂਸੀ ਕੰਸੀਵ ਹੋ ਜਾਂਦੀ ਹੈ ਲੇਡੀ ਨੂੰ, ਉਸ ਤੋਂ ਬਾਅਦ ਕੁਛ ਕੁ ਕੰਮ ਉਸਨੇ, ਕਿਉਂਕਿ ਇਹ ਮਤਲਬ ਉਦੋਂ ਹੀ ਜਿਹੜਾ ਹੈਗਾ ਫਰਟੀਲਾਈਜੇਸ਼ਨ ਹੋਇਆ ਹੈਗਾ, ਅਤੇ ਥੋੜ੍ਹਾ ਜਿਹਾ ਉਹਨਾਂ ਨੇ ਜਿਹੜੇ ਸਟੈਪ ਹੈ ਆਪਣੇ ਭਾਰੇ ਜਿਹੇ ਨਹੀਂ ਲੈਣੇ ਹੈਗੇ, ਹੈ ਨਾ, ਕੋਈ ਉੱਚਾ ਨੀਵਾਂ ਕੰਮ ਨਹੀਂ ਕਰਨਾ, ਇਹਨਾਂ ਚੀਜ਼ਾਂ ਤਾਂ ਸਰ ਉਹਨੂੰ ਖਿਆਲ ਰੱਖਣਾ ਹੀ ਚਾਹੀਦਾ। ਪਰ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਇਹ ਜਿਹੜਾ ਮੇਰੇ ਐਗ ਹੁਣ ਬਣਿਆ ਫਰਟੀਲਾਈਜ਼ ਹੋਇਆ ਹੈ, ਓਵੂਲੇਸ਼ਨ ਟਾਈਮ ਮੇਰਾ ਪ੍ਰੋਪਰ ਹੋਇਆ, ਅਤੇ ਇਸ ਨੂੰ ਮੈਂ ਕਿਸ ਤਰ੍ਹਾਂ ਅੱਗੇ ਇਨਕਰੀਜ਼ ਕਰਨਾ। ਅਤੇ ਹੋਰ ਵੀ ਇਹਦੇ ਰੀਜ਼ਨਸ ਹੁੰਦੇ ਹੈ ਕਿ ਸਰ ਉਹਨਾਂ ਨੂੰ ਓਵੂਲੇਸ਼ਨ ਟਾਈਮ ਦਾ ਪਤਾ ਹੀ ਨਹੀਂ ਹੁੰਦਾ ਗਾ, ਸਪੋਜ਼ ਪੀਰੀਅਡਸ ਆ ਜਾਂਦੇ ਹੈ, ਉਸ ਤੋਂ ਬਾਅਦ ਜਿਵੇਂ ਅਸੀਂ ਕਹੀਏ ਕਿ ਹੁਣ ਜਿਹੜਾ ਡਾਇਗ੍ਰਾਮ ਅਸੀਂ ਇੱਕ ਹੋਰ ਬਣਾਇਆ, ਅਤੇ ਉਹਦੇ ਵਿੱਚ ਅਸੀਂ ਦੱਸਿਆ ਕਿ ਜਿਵੇਂ ਸਾਈਕਲ, ਇਹ ਡਾਇਗ੍ਰਾਮ ਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਕਿ ਤੁਸੀਂ ਡਾਇਗ੍ਰਾਮ ਬਣਾ ਕੇ ਦਿਖਾ ਰਹੇ ਸੀ ਜਿਹੜੇ ਇੱਥੇ ਬੈਠੇ ਸੀ, ਉਹ ਕਹਿੰਦੇ ਸੀ ਤੁਸੀਂ ਉਹ ਕਿਹੜਾ ਡਾਇਗ੍ਰਾਮ ਹੈ ਜੀ, ਉਹ ਕਿਹੜਾ ਸੀ? ਹਾਂਜੀ, ਜਿਹੜੇ ਹੁਣੇ ਆਪਾਂ ਪੇਸ਼ੈਂਟ ਅਟੈਂਡ ਕੀਤੇ ਹੈ ਤੁਹਾਡੇ, ਹਾਂ ਮੈਂ ਦੇਖਦੇ ਹਾਂ ਇਹ ਵਾਲਾ ਡਾਇਗ੍ਰਾਮ ਹੈਗਾ ਜਿਹੜਾ ਮੈਮ ਨੇ, ਔਰ ਉਸ ਤੋਂ ਬਾਅਦ ਕਾਫੀ ਖੁਸ਼ ਹੋ ਕੇ ਗਏ ਨੇ ਉਹ, ਕੀ ਸਮਝਾਇਆ ਕਿ ਜੀ, ਸਾਨੂੰ ਵੀ ਸਮਝਾ ਦਿਓ। ਸਰ ਇਹ ਉਹਨਾਂ ਦੀ ਐਕਚੁਅਲੀ ਬਿਟੀਆ ਸੀਗੀ 18-19 ਸਾਲ ਦੀ, ਅਤੇ ਹਰੇਕ ਨੂੰ ਸਮਝਾਉਣੇ ਹੋ ਜੀ? ਨਹੀਂ ਸਰ, ਇਸ ਤਰ੍ਹਾਂ ਸਮਝਾਈਦਾ ਹਰੇਕ ਨੂੰ ਇਸੇ ਤਰ੍ਹਾਂ ਹੀ, ਜੋ ਵੀ ਮੇਰੇ ਕੋਲ ਰਫ ਫੇਸ ਪਿਆ ਹੁੰਦਾ, ਮੈਂ ਹਰੇਕ ਨੂੰ ਉਹਨਾਂ ਦੀ ਪ੍ਰੋਬਲਮ, ਮੇਰਾ ਇਹੀ ਸਰ ਪੋਜ਼ਿਟਿਵ ਪੁਆਇੰਟ ਹੈ, ਉਹਨਾਂ ਦੀ ਪ੍ਰੋਬਲਮ ਉਹਨਾਂ ਨੂੰ ਸਮਝਾ ਕੇ ਭੇਜੀ ਦੀ। ਅੱਧੇ ਕੁ ਡਾਕਟਰ ਤਾਂ ਉਹਨਾਂ ਨੂੰ ਆਪ ਬਣਾ ਰਹੀ ਦਾ ਵੀ ਉਹ ਇਹ ਪ੍ਰੋਬਲਮ ਹੋਈ ਹੈ ਤਾਂ ਕਿਉਂ ਹੋਈ ਹੈ। ਸਰ ਇਹ ਕੀ ਹੈ ਜੀ, ਪਹਿਲਾਂ ਸਮਝਾ ਦਿਓ ਵੀ ਇਹ ਕੀ ਚੀਜ਼ ਹੈ ਜੀ। ਸਰ ਇਹ ਆਪਣਾ ਜਿਸ ਤਰ੍ਹਾਂ ਕਿ ਹੁਣੇ ਆਪਾਂ ਗੱਲ ਕੀਤੀ ਐਂਡੋਮੈਟ੍ਰੋਸਿਸ ਯੂਟਰਸ, ਇਹ ਓਵਰੀਜ਼ ਹੈ ਸਰ, ਉਸ ਨੂੰ ਬੱਚੀ ਨੂੰ ਪੀਰੀਅਡਸ ਨਹੀਂ ਆ ਰਹੇ ਸੀ ਹੁਣੇ, ਤੁਸੀਂ ਪਹਿਲਾਂ। ਅੱਛਾ, ਮਾਫ ਕਰਨਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਸਾਨੂੰ ਇਹ ਦੱਸੋ ਵੀ ਅੱਜ ਕੱਲ੍ਹ ਬਹੁਤ ਅਰਲੀ ਸਟੇਜ ਦੇ ਉੱਤੇ ਜਿਹੜੇ ਬੱਚੇ ਨੂੰ ਪੀਰੀਅਡ ਆ ਰਹੇ ਨੇ, ਛੋਟੇ ਛੋਟੇ ਬੱਚੇ ਨੂੰ, ਉਹਨਾਂ ਨੂੰ ਤਾਂ ਹਜੇ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਨਾਲ ਹੋ ਕੀ ਗਿਆ, ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ? ਸਰ ਜਿਸ ਤਰ੍ਹਾਂ ਕਿ ਦੇਖਿਆ ਜਾਵੇ 12-13 ਸਾਲ ਦੀ ਜਿਹੜੀ ਏਜ ਦੇ ਵਿੱਚ ਹੈ, ਉਹ ਆਉਣਾ ਕਿਹੜੀ ਉਮਰ 'ਚ ਚਾਹੀਦਾ, ਸਾਨੂੰ ਇਹ ਦੱਸੋ ਜੀ। ਦੇਖੋ ਹੁਣ ਇਸ ਦਾ ਜਵਾਬ, ਪੁਰਾਣੇ ਟਾਈਮ ਦੇ ਤੁਸੀਂ ਮੈਨੂੰ ਦੱਸੋ, ਮੈਰਿਜ ਦਾ ਜਿਹੜਾ ਟਾਈਮ ਹੁੰਦਾ ਸੀ 14-15 ਸਾਲ ਦੀ ਏਜ 'ਚ ਲੜਕੀ ਨੂੰ ਆਪਾਂ ਵਿਆਹ ਦਿੰਦੇ ਸੀਗੇ, ਇਟ ਮੀਨਸ ਜੇ ਪੁਰਾਣੇ ਟਾਈਮ 'ਤੇ 15 ਸਾਲ ਦੀ ਲੜਕੀ ਨੂੰ ਵਿਆਹ ਰਹੇ ਹਾਂ, ਤਾਂ ਇਹਦਾ ਮਤਲਬ ਉਹਦੇ 12-13 ਸਾਲ ਦੀ ਏਜ ਵਿੱਚ ਪੀਰੀਅਡ ਉਹਦੇ ਸਟਾਰਟ ਹੋ ਜਾਂਦੇ ਆ। ਪਰ ਅੱਜ ਦੇ ਟਾਈਮ 'ਤੇ ਡਿਲੇ ਕਿਉਂ ਹੋ ਰਿਹਾ? ਕਿਉਂਕਿ ਸਾਡਾ ਲਾਈਫ ਸਟਾਈਲ ਅੱਛਾ ਨਹੀਂ ਹੈਗਾ। ਅਤੇ ਔਨ ਦਾ ਅਦਰ ਹੈਂਡ ਸਰ, ਹੁਣੇ ਤੁਸੀਂ ਸਵਾਲ ਕੀਤਾ ਕਿ ਸਾਡਾ ਪਹਿਲਾ ਸਵਾਲ ਸੀਗਾ ਕਿ ਜਿਹੜੀ ਕਨਸੈਪਸ਼ਨ ਹੈ ਉਹ ਮੈਡਮ ਕਿਹੜੀ ਏਜ ਤੱਕ ਚੱਲੇਗੀ, ਹੁਣੇ ਤੁਸੀਂ ਇਹ ਸਵਾਲ ਕੀਤਾ। ਮੈਂ ਪੁੱਛਿਆ ਸੀ ਕਦੋਂ ਤੱਕ ਇੱਕ ਔਰਤ ਹੈਗੀ ਜਿਹੜੀ ਗਰਭਵਤੀ ਹੋ ਸਕਦੀ ਹੈ? ਹੋ ਸਕਦੀ ਹੈ ਸਰ, ਮੈਂ ਕੋਰੀਲੇਟ ਕਰਦੀ ਹਾਂ ਇਸ ਕੁਐਸਚਨ ਨੂੰ, ਸੋਰੀ, ਔਰ ਤੁਹਾਡੇ ਪਹਿਲਾਂ ਵਾਲੇ ਕੁਐਸਚਨ ਨੂੰ। ਸਰ ਤੁਸੀਂ ਵੀ ਹਾਜਮਾ ਪਲੱਸ ਪੀ ਕੇ ਬੈਠੇ ਹੋ ਅੱਜ? ਸਰ ਅੱਜ ਡਕਾਰ ਮਾਰਨ ਨੂੰ ਦਿਲ ਕਰ ਰਿਹਾ ਸੀਗਾ, ਉਹੀ ਹੁਣ ਵੀਡੀਓਜ਼ ਬਣ ਰਹੀ ਹੈ, ਥੋੜ੍ਹਾ ਸੋਚਦੇ ਹਾਂ ਵੀ ਸ਼ਾਊਟ ਨਾ ਹੋਵੇ। ਸਰ ਦੇਖੋ, ਮਤਲਬ ਹੁਣੇ ਆਪਾਂ ਗੱਲ ਕਰ ਰਹੇ ਸੀ ਕਿ 12-15 ਸਾਲ ਦੀ ਏਜ 'ਚ ਪੁਰਾਣੇ ਟਾਈਮ 'ਤੇ 15 ਸਾਲ ਦੀ ਏਜ 'ਤੇ ਮੈਰਿਜ ਹੋ ਜਾਂਦੀ ਸੀ। ਸਰ ਹੁਣ ਅਸੀਂ ਡਾਇਗ੍ਰਾਮ ਬਣਾਈਏ ਇੱਕ ਵਾਰੀ, ਮਤਲਬ 15 ਦੀ ਏਜ ਦੇ ਵਿੱਚ 15 ਸਾਲ 'ਚ ਲੜਕੀ ਦੀ ਮੈਰਿਜ ਹੋ ਗਈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਰ ਉਹ ਬੱਚੇ ਕਮ ਸੇ ਕਮ ਮੈਨੂੰ ਲੱਗਦਾ 9-12 ਬੱਚੇ ਹੋ ਹੀ ਜਾਂਦੇ ਸੀਗੇ ਪੁਰਾਣੇ ਟਾਈਮ 'ਤੇ, ਕਿਸੇ ਦੇ 7-8 ਇਸ ਤਰ੍ਹਾਂ ਅੱਜ ਵੀ ਲਾਈਵ, ਸਾਡੇ ਜਿਹੜੇ ਚਾਚੇ ਦਾਦੇ ਅੱਜ ਵੀ ਲਾਈਵ ਹੈਗੇ ਆ। ਸਰ 12 ਬੱਚੇ ਹੋ ਗਏ, ਇਟ ਮੀਨਸ ਜਿਹੜੀ ਉਹਦੀ ਓਵਰੀ ਹੈ
ਓਵਰੀ ਨੇ ਜਿਵੇਂ ਪੀਰੀਅਡ ਸਟਾਰਟ ਹੋਏ 12 ਸਾਲ ਦੀ। ਅੱਜ ਕੱਲ੍ਹ ਤਾਂ ਤੁਸੀਂ 9-10 ਪਹਿਲਾਂ ਹੁੰਦੇ ਸੀ ਸਾਡੇ, ਲੇਕਿਨ ਅੱਜ ਤੋਂ ਬਾਅਦ ਅਗਰ ਇੱਕ ਤੋਂ ਬਾਅਦ ਕਿਸੇ ਨੂੰ ਦੂਸਰਾ ਕਹਿ ਦਈਏ, ਦੂਸਰੇ ਤੋਂ ਬਾਅਦ ਕਿਸੇ ਤੀਸਰਾ ਕਹਿ ਦਈਏ, ਸਾਡੀ ਭੈਣ ਨੂੰ, ਸਾਡੀ ਮਾਂ ਨੂੰ, ਉਹਨਾਂ ਦਾ ਘਰ ਵਾਲਾ ਕਹਿ ਦੇ ਵੀ ਬੱਚਾ ਹੈ, ਜਾਂ ਉਹ ਖੁਦ, ਉਹ ਤਾਂ ਇਹ ਸੋਚਣ ਲੱਗਦੇ ਸਾਡੀ ਫਿਗਰ ਨਾ ਖਰਾਬ ਹੋ ਜਾਵੇ। ਮਾਫ਼ ਕਰਨਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦੇ, ਜਿਹੜੇ ਵੀਡੀਓ ਨਹੀਂ ਦੇਖ ਰਹੇ ਮੈਂ ਉਹਨਾਂ ਦੀ ਗੱਲ ਕਰ ਰਿਹਾ। ਇਹ ਤਾਂ ਸਰ ਇਹ ਟੈਕਨੋਲੋਜੀ ਅੱਜ ਦੀ ਜ਼ਿੰਮੇਵਾਰ ਹੈ, ਕਿਉਂਕਿ ਟੈਕਨੋਲੋਜੀ ਨੇ ਸਾਨੂੰ ਐਸ਼ੋ ਆਰਾਮ 'ਚ ਪਾ ਦਿੱਤਾ ਹੋਇਆ, ਅਤੇ ਇਹ ਉਸ ਚੀਜ਼ ਦਾ ਜ਼ਿੰਮੇਦਾਰ ਹੈ। ਪਰ ਉਸ ਤੋਂ ਪਹਿਲਾਂ ਮੈਂ ਹੁਣ ਇਹ ਜਿਹੜਾ ਮੇਰਾ ਸਵਾਲ ਚੱਲ ਰਿਹਾ ਸੀ ਨਾ ਸਰ, ਮੈਂ ਇਸ ਨੂੰ ਕੰਪਲੀਟ ਕਰਨਾ ਚਾਹਾਂਗੀ ਕਿ ਮਤਲਬ ਉਹ 9-12 ਬੱਚੇ ਸਰ 9-12 ਬੱਚੇ ਪੈਦਾ ਹੋ ਜਾਂਦੇ ਸੀਗੇ, ਮੀਨਸ ਕਿ ਜਿਹੜੀ ਉਹਨਾਂ ਦੀ ਓਵਰੀ ਹੈ ਨਾ ਉਹ ਸਰ ਪ੍ਰੋਪਰ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈ ਉਹ ਇੱਕ ਬੱਚਾ ਹੋਇਆ, ਤੇ ਉਹ ਜਦੋਂ ਨੂੰ ਉਹ 1-1.5 ਸਾਲ ਦਾ ਹੋਇਆ ਨੈਕਸਟ ਬੇਬੀ, ਫਿਰ ਮੀਨਸ ਉਹਨਾਂ ਦੀ ਓਵਰੀ। ਤੁਸੀਂ 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 ਜਿਹੜੇ ਇੱਕ ਜਿਹੜੇ ਮੈਡਮ ਬੈਠੇ ਸੀ, ਤੁਸੀਂ ਉਹਨੂੰ ਇਹ ਕਿਹਾ ਸੀ ਵੀ ਮੈਨੂੰ ਲੱਗਦਾ ਵੀ ਜਿਹੜੀ ਤੁਹਾਡੀ ਇਹ ਪ੍ਰੋਬਲਮ ਹੈ, ਜਦੋਂ ਤੁਸੀਂ ਪ੍ਰੈਗਨੈਂਸੀ ਰੋਕ ਲਈ ਜਾਂ ਤੁਸੀਂ ਪ੍ਰੈਗਨੈਂਸੀ ਰੋਕਣ ਵਾਸਤੇ ਜਿਹੜੀ ਮੈਡੀਸਨ ਖਾਧੀਆਂ ਉਹਦੇ ਕਰਕੇ ਤੁਹਾਨੂੰ ਮੋਟਾਪਾ ਆ ਗਿਆ, ਇਹ ਵੀ ਹੋ ਜਾਂਦਾ ਜੀ? ਇਹ ਸਰ ਇਹ ਐਗਜੈਕਟਲੀ ਇਹੀ ਹੋਏਗਾ, ਕਿਉਂਕਿ ਉਹਨਾਂ ਦੇ ਹਾਰਮੋਨ, ਉਹਨੇ ਆਈਪੀਐਲਸ ਵਗੈਰਾ ਲਈਆਂ ਹੁੰਦੀਆਂ, ਮੈਰਿਜ ਤੋਂ ਬਾਅਦ ਸੋਚੇ ਕਿ ਅਸੀਂ ਬੱਚਾ ਹਜੇ ਲੈਣਾ ਨਹੀਂ ਹੈਗਾ, ਅਤੇ ਉਹ ਜੋ ਵੀ ਯੂਜ਼ ਕਰਦੇ ਹੈਗੇ ਨਾ ਆਈਪੀਐਲਸ ਵਗੈਰਾ ਯੂਜ਼ ਕਰਦੇ, ਉਹਦਾ ਸਾਈਡ ਇਫੈਕਟ ਤਾਂ ਸਰ ਜਾਂਦਾ ਹੀ ਜਾਂਦਾ। ਉਹ ਪੁਰਾਣੀ ਤੁਸੀਂ ਗੱਲ ਕਹੀ ਸੀ ਕਿ ਜਦੋਂ ਅਸੀਂ ਚਾਹੁੰਦੇ ਉਦੋਂ ਕੁਦਰਤ ਨਹੀਂ ਚਾਹੁੰਦੀ, ਅਤੇ ਜਦੋਂ ਕੁਦਰਤ ਚਾਹੁੰਦੀ ਹੈ ਉਦੋਂ ਅਸੀਂ ਨਹੀਂ ਚਾਹੁੰਦੇ। ਇਹ ਸ਼ਾਇਦ ਲਾਸਟ ਟਾਈਮ ਤੁਹਾਡਾ ਹੀ ਸਰ ਇਹ ਸਵਾਲ ਸੀ, ਇਹ ਸਭ ਉਹੀ ਚੀਜ਼ਾਂ ਆ। ਅੱਛਾ ਫਿਰ ਮੈਮ, ਹੁਣ ਇਹ ਰਹੀ ਗੱਲ ਕਿ ਕਿਸ ਤਰੀਕੇ ਨਾਲ ਪੀਰੀਅਡਸ ਆਉਂਦੇ ਨੇ, ਕਿਵੇਂ ਓਵਰੀਜ਼ ਦੇ ਵਿੱਚੋਂ ਅੰਡਾ ਬਣਦਾ, ਕਿਵੇਂ ਫਲੋ ਚੱਲਦਾ। ਅੱਛਾ ਸਾਨੂੰ ਇਹ ਗੱਲ ਦੱਸੋ, ਕੋਈ 5 ਚੀਜ਼ਾਂ ਸਾਨੂੰ ਤੁਸੀਂ ਪਿਛਲੀ ਵਾਰ ਵੀ 5 ਚੀਜ਼ਾਂ ਦੱਸੀਆਂ ਸੀ ਜਿਹਦੇ ਨਾਲ ਅਸੀਂ ਸਕਸੈਸਫੁਲ ਕੰਸੀਵ ਕਰ ਸਕਦੇ ਹਾਂ, ਅਤੇ 5 ਉਹ ਗੱਲਾਂ ਜਿਨ੍ਹਾਂ ਕਰਕੇ ਸਕਸੈਸਫੁਲ ਅਸੀਂ ਨਹੀਂ ਹੁੰਦੇ, ਸਾਰੀ ਜ਼ਿੰਦਗੀ ਅਸੀਂ ਔਲਾਦ ਵਾਸਤੇ ਤੜਪਦੇ ਰਹਿੰਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਮੈਰਿਜ ਤੋਂ ਬਾਅਦ ਕੋਈ ਵੀ ਮਤਲਬ ਕੁਛ ਇਸ ਤਰ੍ਹਾਂ ਦਾ ਯੂਜ਼ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਪ੍ਰੈਗਨੈਂਸੀ ਰੋਕੇ। ਸਰ ਸੈਕਿੰਡ ਹੈ ਓਨ ਦਾ ਸੈਕਿੰਡ ਹੈਂਡ ਕਿ ਜੋ ਚੀਜ਼ਾਂ ਮੈਂ ਦੱਸੀਆਂ ਕਿ ਸਾਨੂੰ ਜੋ ਖਾਣਾ ਪੀਣਾ ਆ ਮਤਲਬ ਉਹ ਪ੍ਰੈਗਨੈਂਸੀ ਕੰਸੀਵ ਹੋਣ ਤੋਂ ਪਹਿਲਾਂ ਇਹ ਸਭ ਚੀਜ਼ਾਂ ਤਾਂ ਯੂਜ਼ ਕਰਨਾ ਆ, ਪਰ ਜਦੋਂ ਪ੍ਰੈਗਨੈਂਸੀ ਪੋਜ਼ਿਟਿਵ ਹੋ ਗਈ ਤਾਂ ਉਦੋਂ ਇਹਨਾਂ ਚੀਜ਼ਾਂ ਦੀ ਕੰਜਪਸ਼ਨ ਉਹਨਾਂ ਨੇ ਬੰਦ ਕਰ ਦੇਣੀ ਹੈ। ਤਾਂ ਇਹ ਹੈਲਦੀ ਨਟਸ ਵਗੈਰਾ ਲੈਣੇ ਆ ਜਿਹਦੇ 'ਚ ਆਇਰਨ, ਕੈਲਸ਼ੀਅਮ ਇਹ ਸਭ ਚੀਜ਼ਾਂ ਹੋਣ, ਅਤੇ ਚਾਹ ਚੂ ਪੀ ਸਕਦੇ ਨੇ ਸਾਡੇ ਭੈਣ। ਸਰ ਚਾਹ ਤਾਂ ਜਿਵੇਂ ਉਹ ਵਨ ਟਾਈਮ ਹੈਬਿਟ ਹੁੰਦੀ ਹੈ, ਬੈਟਰੀ ਲੈ ਲੈਣ, ਪਰ ਬੈਟਰ ਇਹ ਕਿ ਅਗਰ ਉਹ ਕਾਫੀ ਨਾ ਲੈਂਦੇ ਆ, ਦੁੱਧ ਲੈਣ ਜਾਂ ਕਾੜਾ ਮਤਲਬ ਚਾਟਾ ਵਗੈਰਾ ਲੈਣ, ਜਿਸ ਤਰ੍ਹਾਂ ਕਿ ਸਾਰੇ ਨਟਸ ਪਾ ਕੇ, ਉਹ ਜ਼ਿਆਦਾ ਬੈਨੀਫਿਸ਼ੀਅਲ ਹੈ। ਜੀ ਅਤੇ ਫਿਰ ਮੈਮ, ਜਿਹੜੀ ਸਕਸੈਸਫੁਲ ਅਤੇ ਅਨਸਕਸੈਸਫੁਲ ਵਾਲਾ ਤੁਸੀਂ ਇੱਕ ਸਟੋਰੀ ਦੱਸੀ ਆ, ਦੇਖੋ ਤੁਸੀਂ ਇਹ ਵੀ ਮੈਡਮ ਹਰੇਕ ਨੂੰ ਸਮਝਾ ਦਿੰਦੇ ਨੇ, ਇੱਥੇ ਬੈਠੇ ਬੈਠੇ ਹਰੇਕ ਨੂੰ ਆਪਣੇ ਤਰੀਕੇ ਨਾਲ ਆਪਣੇ ਇਹ ਕੀ ਚੀਜ਼ ਬਣਾਈ ਹੋਈ ਹੈ ਜੀ, ਕਿਸ ਚੀਜ਼ ਦੀ ਡਾਇਗ੍ਰਾਮ ਹੈ ਜੀ? ਇਹ ਮੋਰਨਿੰਗ ਪੇਸ਼ੈਂਟ ਸਾਡੇ ਕੋਲ, ਅੱਜ ਪਹਿਲਾ ਹੀ ਪੇਸ਼ੈਂਟ ਸੀਗਾ ਸਰ, ਸ਼ੀ ਵਾਜ਼ ਐਜੂਕੇਟਿਡ ਲੇਡੀ, ਤਾਂ ਉਹ ਆਪਣੀ ਪ੍ਰੋਬਲਮ ਡਿਸਕਸ ਕਰ ਰਹੇ ਸੀਗੇ। ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਸੀ ਸਰ, ਸਮ ਟਾਈਮ ਇਹ ਹੁੰਦਾ ਕਿ ਪ੍ਰੋਬਲਮ ਕੋਈ ਹੁੰਦੀ ਨਹੀਂ ਹੈ, ਉਹਨਾਂ ਦੀ ਐਂਡੋਮੈਟ੍ਰੋਸਿਸ ਲਾਈਨਿੰਗ ਹੋ ਗਿਆ, PCOD ਸਿਸਟ, ਮਤਲਬ ਨਥਿੰਗ ਪ੍ਰੋਬਲਮ ਸ਼ੀ ਵਾਜ਼ ਹੈਵਿੰਗ, ਬਟ ਪ੍ਰੋਬਲਮ ਕਿੱਥੇ ਸੀ, ਉਹ ਸਾਈਕੋਲੋਜੀਕਲੀ ਸਟਰੋਂਗ ਨਹੀਂ ਸੀ, ਕਿਉਂਕਿ ਉਹ ਸਟ੍ਰੈਸ ਲੈ ਰਹੀ ਸੀ ਲੇਡੀ, ਸ਼ੀ ਵਾਜ਼ ਅ ਟੀਚਰ ਇਨ ਡਾਲੀ, ਪਰ ਉਹ ਸਟ੍ਰੈਸ ਲੈ ਰਹੀ ਸੀਗੀ ਕਿ ਮੈਮ ਮੈਂ ਕੋਈ ਪ੍ਰੋਬਲਮ ਵੀ ਨਹੀਂ ਹੈ। ਉਸ ਤੋਂ ਬਾਅਦ ਮੈਂ ਡਾਕਟਰਸ ਨਾਲ ਕੰਸਲਟ ਕੀਤਾ, ਤਾਂ ਸ਼ੀ ਵਾਜ਼ ਰੈਡੀ ਫੋਰ IVF। ਸਰ ਫਿਰ ਮੈਂ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਹੀ, ਉਹਨਾਂ ਦੀ ਸੋਚ ਦੇ ਅਕੋਰਡਿੰਗ ਇਹ ਬਣਾਇਆ, ਉਹਨਾਂ ਉਹ ਸਕਸੈਸ ਕਿਉਂ ਨਹੀਂ ਸੀਗੇ ਸਰ, ਕਿਉਂਕਿ ਸਰ ਉਹਨਾਂ ਕੋਲ ਕਿਸੇ ਵੀ ਵਾਈ ਦਾ ਜਵਾਬ ਹੈ ਹੀ ਨਹੀਂ ਸੀ ਮੈਨੂੰ ਪ੍ਰੈਗਨੈਂਸੀ। ਵਾਈ ਕਿਵੇਂ ਮਤਲਬ? ਵਾਈ ਮਤਲਬ ਕਿ ਸਾਨੂੰ ਇਹ ਸੋਚਣਾ ਚਾਹੀਦਾ ਸੀ ਕਿ ਮੈਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ, ਤਾਂ ਕਿਉਂ ਨਹੀਂ ਹੋ ਰਹੀ, ਇਹਦੇ ਕਾਰਨ ਕੀ ਹੈ। ਉਹਦਾ ਅਦਰ ਹੈਂਡ ਸਕਸੈਸ ਕੌਣ ਹੋਏਗਾ ਜਿਹੜਾ ਸਟਰੋਂਗ ਵਾਈ ਨੂੰ ਸਟਰੋਂਗਲੀ ਲਏ ਕਿ ਠੀਕ ਹੈ ਮੈਂ ਇਹ ਚੀਜ਼ ਖਾਣੀ ਪੀਣੀ ਹੈ, ਇਹ ਚੀਜ਼ ਨੂੰ ਫੋਲੋ ਕਰਨਾ ਹੈ। ਸੈਕਿੰਡ ਪੁਆਇੰਟ, ਮੈਂ ਉਹਨਾਂ ਨੂੰ ਸਮਝਾਇਆ ਸਰ, ਉਹਨਾਂ ਦੇ ਕੋਲ ਐਕਸਕਿਊਜ਼ ਸੀਗੇ ਕਿ ਮੈਮ ਮੈਂ ਟੀਚਰ ਹਾਂ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੇਰਾ ਸੈਡੈਂਟਰੀ ਲਾਈਫ ਸਟਾਈਲ ਹੈ। ਤਾਂ ਸਾਰਿਆਂ ਕੋਲ ਇਕੱਲੇ ਸਾਡੀਆਂ ਭੈਣਾਂ ਕੋਲ ਨਹੀਂ, ਬੰਦਿਆਂ ਦੇ ਵੀ ਜਿਹਨਾਂ ਦੇ ਤੌਲਿਆਂ ਵਰਗੇ ਢਿੱਡ ਹੋਏ ਪਏ ਨੇ, ਜਾਂ ਜਿਹਨਾਂ ਦੇ ਵਜ਼ਨ ਵੱਧ ਚੁੱਕੇ ਨੇ, ਜਾਂ ਜਿਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਖਰਾਬ ਹੋ ਗਈ, ਉਹ ਵੀ ਇਹੀ ਐਕਸਕਿਊਜ਼ ਦਿੰਦੇ ਨੇ ਕਿ ਜੀ ਸਾਡੇ ਕੋਲ ਟਾਈਮ ਨਹੀਂ ਹੈ। ਸਰ ਇਹੀ ਕਾਰਨ ਹੈ ਕਿ ਮੈਰਿਜ ਤੋਂ 14-15 ਸਾਲ ਤੱਕ ਵੀ ਦੋ IVF ਕਰਾ ਕੇ ਅਨਸਕ
ਇੱਕ ਗੱਲ ਹੋਰ ਦੱਸੋ, ਤੁਸੀਂ ਕਹਿ ਰਹੇ ਹੋ ਕਿ ਕਨਸੀਵ ਜਦੋਂ ਹੋ ਗਿਆ ਉਸ ਤੋਂ ਬਾਅਦ ਅਸੀਂ ਗੋਲੀਆਂ ਵਗੈਰਾ ਖਾ ਕੇ ਆਪਣੀ ਹੈਲਥ ਖਰਾਬ ਕਰ ਲਈ, ਮੋਟਾਪਾ ਆ ਗਿਆ, ਅਤੇ ਵਿਆਹ ਤੋਂ ਬਾਅਦ ਗੋਲ ਮਟੋਲ ਕਿਉਂ ਹੋ ਜਾਂਦੀਆਂ ਨੇ ਜਨਾਨੀਆਂ ਅਤੇ ਬੰਦੇ ਜੀ, ਇਹ ਵੀ ਸਾਨੂੰ ਦੱਸ ਦਿਓ। ਸਰ ਇਹਦੇ ਪਿੱਛੇ ਕਾਰਨ ਤਾਂ ਜੀ ਕਹਿੰਦੇ ਹੈ ਕਿ ਅਸੀਂ ਸਟਾਈਲ ਨਾਲ ਖਾਣਾ ਹੈ, ਬਾਹਰ ਮੂਵੀ ਵਗੈਰਾ ਦੇਖਣ ਜਾਣਾ, ਅੱਜ ਅਸੀਂ ਲੰਚ ਡਿਨਰ ਬਾਹਰ ਹੀ ਕਰਨਾ। ਸਰ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਚਾਹੀਦੀਆਂ ਕਰਨੀਆਂ, ਉਹੀ ਵਾਈ ਦੇ ਵਿੱਚ ਹੀ ਇੰਕਲੂਡ ਹੋ ਗਿਆ। ਇਹ ਵੀ ਐਕਸਕਿਊਜ਼ ਦੇ ਕੇ ਅਸੀਂ ਵੀ ਆਰ ਨਿਊਲੀ ਮੈਰਿਡ, ਅਸੀਂ ਇੱਧਰ ਉੱਧਰ ਇੰਜੋਏ ਕਰ ਰਹੇ ਹਾਂ, ਅਸੀਂ ਇੰਜੋਏ ਕਰਨ ਜਾ ਰਹੇ ਹਾਂ, ਤਾਂ ਉਹਨਾਂ ਨੂੰ ਚਾਹੀਦਾ ਸਰ ਉਹ ਗੋਲ ਓਰੀਐਂਟਿਡ, ਜਿਹੜਾ ਅਸੀਂ ਹੁਣੇ ਸਕਸੈਸਫੁਲ ਡੇਟ ਦੇ ਵਿੱਚ ਸੈਕਿੰਡ ਪੁਆਇੰਟ ਮੈਂ ਬਣਾਇਆ ਗੋਲ ਓਰੀਐਂਟਿਡ, ਉਹਨਾਂ ਨੂੰ ਗੋਲ ਬਣਾਉਣਾ ਚਾਹੀਦਾ ਕਿ ਅਸੀਂ ਮੈਰਿਜ ਕਿਉਂ ਕਰਾਈਏ, ਅਸੀਂ ਇੱਕ ਬੇਬੀ ਤਾਂ ਪਹਿਲਾਂ ਕਰ ਲਈਏ। ਅਗਰ ਉਹਨਾਂ ਦਾ ਗੋਲ ਹੈ, ਉਹਨਾਂ ਦੇ ਕੋਲ ਪੇਸ਼ੈਂਸ ਵੀ ਹੋਏਗੀ। ਸਰ ਜਿਸ ਤਰ੍ਹਾਂ ਕਿ ਮਾਰਨਿੰਗ ਵਾਲੀ ਲੇਡੀ ਦੀ ਗੱਲ ਸੀਗੀ ਕਿ ਉਹਨੂੰ ਮੈਂ ਇਹ ਕਿਹਾ ਕਿ ਤੂੰ 3 ਮਹੀਨੇ ਪੇਸ਼ੈਂਸ ਰੱਖ ਕੇ ਸਿਰਫ ਇਹ ਮੇਰੀ ਜਿਹੜੀ ਵਾਈ ਹੈ ਨਾ, ਸਿਰਫ ਇਸ ਨੂੰ ਫੋਲੋ ਕਰ ਲੈ, ਅਤੇ ਆਈ ਰਿਅਲੀ ਐਪਰੀਸ਼ੀਏਟ, ਆਈ ਵਿਲ ਬੀ ਐਪਰੀਸ਼ੀਏਟਿੰਗ ਵੈਨ ਸ਼ੀ ਵਿਲ ਬੀ ਕੰਸੀਵਿੰਗ ਹਰਸੈਲਫ, ਔਰ ਉਹ ਕੰਸੀਵ ਕਰੇਗੀ ਸਰ, ਇਹ ਮੇਰਾ ਦਾਅਵਾ ਹੈ, ਕਿਉਂਕਿ ਸ਼ੀ ਵਾਜ਼ ਨੋਟ ਹੈਵਿੰਗ ਐਨੀ ਪ੍ਰੋਬਲਮ। ਮੈਂ ਉਹਨੂੰ ਕਿਉਂ ਕਹਾਂ ਕਿ ਆਈ ਵੀ ਐਫ ਕਰਾ, ਮੈਂ ਸਿਰਫ ਉਹਨੂੰ ਸਾਈਕੋਲੋਜੀਕਲੀ ਉਸਨੂੰ ਕਲੀਅਰ ਕੀਤਾ ਕਿ ਤੁਸੀਂ ਸਿਰਫ ਇਹਨਾਂ ਚੀਜ਼ਾਂ ਨੂੰ ਇਸ ਡਾਇਟ ਤੇ, ਤੁਸੀਂ ਤਾਂ ਕੋਈ ਦਿੱਤੀ ਨਹੀਂ ਉਹਨਾਂ ਨੂੰ, ਉਸਨੂੰ ਮੈਡੀਸਨ ਨਹੀਂ ਦਿੱਤੀ, ਕਿਉਂਕਿ ਉਹਦੇ ਕੋਲ ਕੋਈ ਪ੍ਰੋਬਲਮ ਹੀ ਨਹੀਂ ਹੈ ਸਰ, ਸਿਰਫ ਸਾਡੀ ਜਿਹੜੀ ਕੰਸਲਟੇਸ਼ਨ ਫੀਸ ਹੈ ਮਾਈਨਰ ਜੀ ਰੱਖੀ ਹੋਈ, ਉਹੀ ਉਹਨਾਂ ਨੇ ਦਿੱਤੀ ਹੈ, ਉਹ ਸੈਕਿੰਡ ਇਹ ਉਹ ਸਿੰਗਲ ਫੀਸ 'ਤੇ ਮੇਰੇ ਕੋਲ ਚਾਹੇ ਸਾਲ ਆਉਂਦੇ ਰਹਿਣ, ਮੈਨੂੰ ਨਹੀਂ ਲੱਗਦਾ ਸਾਲ ਤੱਕ ਤਾਂ ਸਰ ਬੇਬੀ ਲੈ ਕੇ ਹੀ ਆਉਣਗੇ, ਕਿਉਂਕਿ ਸਾਡਾ 100% ਰਿਜ਼ਲਟ ਜਾ ਹੀ ਰਿਹਾ ਸਰ। ਅੱਛਾ ਮੈਮ, ਫਿਰ ਜਿਹੜੇ ਲੋਕਾਂ ਨੂੰ ਇਹ ਵੀ, ਚਲੋ ਮੰਨ ਲਓ ਕਿਸੇ ਨੇ ਐਲੋਵੀਰਾ ਵੀ ਨਹੀਂ ਖਾਧੀ, ਬਹੁਤ ਸਾਡੀਆਂ ਭੈਣਾਂ ਆਂਡੇ ਨੂੰ ਦੇਖ ਕੇ ਪਰਹੇਜ਼ ਕਰਦੀਆਂ ਨੇ, ਇਹ ਸਾਰੀਆਂ ਚੀਜ਼ਾਂ ਦਾ ਪਰਹੇਜ਼ ਵੀ ਕੀਤਾ, ਪਰ ਪ੍ਰੈਗਨੈਂਸੀ ਫੇਰ ਨਹੀਂ ਹੋ ਰਹੀ, ਕੰਸੀਵ ਫੇਰ ਨਹੀਂ ਹੋ ਰਿਹਾ, ਉਹ ਕੀ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ? ਸਰ ਜਿਹੜੀਆਂ ਮੇਰੀਆਂ ਪਿਛਲੇ ਵੀਡੀਓਜ਼ ਹੈਗੀਆਂ ਉਹਨਾਂ ਵੀਡੀਓਜ਼ ਨੂੰ ਫੋਲੋ ਕਰਨ, ਅਤੇ ਉਹਨਾਂ ਨੇ ਇਹ ਸਭ ਚੀਜ਼ਾਂ ਕਦੋਂ ਖਾਣੀਆਂ, ਖਾਣੀਆਂ ਹੈ, ਇਹ ਚੀਜ਼ਾਂ ਮਾੜੀਆਂ ਨਹੀਂ ਹੈ ਸਰ, ਖਾਣੀਆਂ ਹੈ, ਪਰ ਇਹ ਦੇਖਣਾ ਵੀ ਉਹਨਾਂ ਨੇ ਲੈਣੀਆਂ ਕਦੋਂ ਹੈ, ਓਵੂਲੇਸ਼ਨ ਟਾਈਮ 'ਤੇ ਉਹਨਾਂ ਨੇ ਕੀ ਪਰਹੇਜ਼ ਕਰਨੇ ਹੈ, ਉਨ ਦਾ ਅਦਰ ਹੈਂਡ ਫਿਰ ਵੀ ਉਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਸਰ, ਪੀਰੀਅਡਸ ਦੀ ਪ੍ਰੋਬਲਮ ਹੈ, ਅੱਜ ਮੈਂ ਡਿਟੇਲ ਦੇ ਵਿੱਚ ਦੱਸਦੇ ਆਉਂਗੀ। ਅਗਰ ਉਹਨਾਂ ਨੂੰ ਪੀਰੀਅਡਸ ਦੀ ਪ੍ਰੋਬਲਮ, ਮੰਨ ਲਓ ਉਹਨਾਂ ਦੇ ਕੋਲੋਂ ਕਾੜਾ ਵਗੈਰਾ ਮੇਰਾ ਦੱਸਿਆ ਨਹੀਂ ਬਣ ਰਿਹਾ ਸਰ, ਉਹ ਡਾਇਰੈਕਟਲੀ ਉਹ ਮੇਰੇ ਕੋਲ ਸ਼ੀਮੈਕਸ ਆਰਡਰ ਕਰਾ ਸਕਦੇ ਹੈਗੇ ਆ। ਨੁਸਖੇ ਤੁਸੀਂ ਬਣਾਏ ਹੋਏ ਨੇ ਸਰ? ਇਹ ਫਾਰਮੂਲਾਜ਼ ਜਿਸ ਤਰ੍ਹਾਂ ਕਿ ਸਵੇਰੇ ਮਾਰਨਿੰਗ ਟੀਚਰ ਆਏ ਸੀਗੇ ਅਤੇ ਉਹ ਐਕਸਕਿਊਜ਼ ਦਿੰਦੇ ਹੈਗੇ ਕਿ ਸਾਡੇ ਕੋਲ ਟਾਈਮ ਨਹੀਂ ਹੈ, ਉਹਨਾਂ ਲਈ ਤਾਂ ਸਰ ਉਹਨਾਂ ਕੋਲ ਟਾਈਮ ਨਹੀਂ, ਕਿਸੇ ਕੋਲ ਵੀ ਟਾਈਮ ਨਹੀਂ ਹੁੰਦਾ, ਤਾਂ ਇਹ ਹੈ ਜੀ ਕਈ ਵਾਰ ਡਾਕਟਰ ਸਾਹਿਬ ਆ ਕਿ ਅਸੀਂ ਜਾਂਦੇ ਜਾਂਦੇ ਗੱਡੀ 'ਚ ਬੈਠ ਕੇ ਬ੍ਰੇਕਫਾਸਟ ਕਰ ਰਹੇ ਹਾਂ, ਕੋਈ ਬੁਰਕੀ ਜਾਂਦਾ ਜਾਂਦਾ ਪਾ ਰਿਹਾ, ਕੋਈ ਟਿਫਨ ਚੱਕ ਕੇ ਲੈ ਕੇ ਜਾ ਰਿਹਾ, ਕੋਈ ਆਫਿਸ ਜਾ ਕੇ ਬ੍ਰੇਕਫਾਸਟ ਕਰ ਰਿਹਾ, ਹਾਲਾਤ ਤਾਂ ਸਾਡੇ ਇਹ ਨੇ ਸਰ। ਫਿਰ ਤਾਂ ਹੀ ਕਰਕੇ ਤਾਂ ਸਾਰੀਆਂ ਪ੍ਰੋਬਲਮਸ ਆ ਰਹੀਆਂ, ਇਨਡਾਈਜੈਸ਼ਨ ਮੇਨ ਪ੍ਰੋਬਲਮ ਹੈ। ਹੁਣ ਅਸੀਂ ਪਿਚੂਟਰੀ ਗਲੈਂਡ ਦੀ ਗੱਲ ਕੀਤੀ, ਜਿਹਨੇ ਮੈਸੇਜ ਕਰਨਾ ਕੀ ਕਰੂਗਾ ਜੀ? ਸਰ ਇਹ ਅਗਰ ਪੀਰੀਅਡਸ ਪ੍ਰੋਪਰ ਨਹੀਂ ਆ ਰਹੇ ਉਸਨੂੰ, ਜਾਂ ਬੱਚਿਆਂ ਨੂੰ ਪੀਰੀਅਡਸ ਆ ਹੀ ਨਹੀਂ ਰਹੇ, ਜਿਵੇਂ ਆਪੇ ਹੁਣੇ ਗੱਲ ਕੀਤੀ 18-19 ਸਾਲ ਦੀ ਏਜ ਦੇ ਵਿੱਚ ਸਰ, ਉਹ ਡਾਇਰੈਕਟਲੀ ਇਹ ਵਾਲੇ ਫਾਰਮੂਲਾਜ਼ ਯੂਜ਼ ਕਰ ਸਕਦੇ ਆ ਸਰ, ਜਿਵੇਂ ਰਜਨੀ ਟੈਬਲੇਟ ਹੈ, ਸ਼ੀਮੈਕਸ ਹੈ, ਇਹ ਉਹਨਾਂ ਨੂੰ ਪੀਰੀਅਡਸ ਬਹੁਤ ਅੱਛੀ ਹੈਲਪ ਕਰੇਗੀ। ਔਰ ਫਿਰ ਵੀ ਪ੍ਰੈਗਨੈਂਸੀ ਇਨ ਕੇਸ ਨਹੀਂ ਕੰਸੀਵ ਹੋ ਰਹੀ, ਉਹਨਾਂ ਨੂੰ ਕੋਈ ਸਿਸਟ ਦੀ ਪ੍ਰੋਬਲਮ ਹੈਗੀ ਹੈ ਸਰ, ਉਹਨਾਂ ਦੇ ਸਿਸਟ ਹੈ ਜਾਂ ਰਸੋਲੀਆਂ ਕਿਸੇ ਵੀ ਤਰ੍ਹਾਂ ਦੀਆਂ ਬਣੀਆਂ ਹੋਈਆਂ, ਤਾਂ ਸਰ ਇਹ ਡਾਇਰੈਕਟਲੀ ਮਤਲਬ ਸਾਡੇ ਕੋਲ ਆਰਡਰ ਹੋ ਰਹੇ ਆ ਲਿਜਾ। ਜਿਹਨਾਂ ਨੂੰ ਇਸ ਤਰ੍ਹਾਂ ਦੀ ਖੁਰਾਕ, ਇਸ ਤਰ੍ਹਾਂ ਦਾ ਭੋਜਨ ਨਹੀਂ ਮਿਲਦਾ ਜਾਂ ਨਹੀਂ ਉਹ ਲੈ ਵੀ ਰਹੇ ਨੇ ਜਾਂ ਨਹੀਂ ਵੀ ਲੈ ਰਹੇ, ਤਾਂ ਇਹ ਕੰਮ ਕਰਨਗੀਆਂ? ਇਹ ਐਗਜੈਕਟਲੀ ਸਰ, ਉਹ ਇਹ ਕੰਚਨ ਮੰਗਵਾ ਕੇ ਉਹ ਆਪਣੇ ਸਿਸਟ ਨੂੰ ਕਵਰ ਅਪ ਕਰ ਸਕਦੇ, ਕਿਸੇ ਵੀ ਤਰ੍ਹਾਂ ਦੇ ਸਿਸਟ ਹੋਵੇ। ਈਵਨ ਦੈਨ ਇਹ ਕਿਹਾ ਜਾਂਦਾ ਹੈ ਕਿ ਇਹ ਨੈਬੋਥੀਅਨ ਸਿਸਟ ਹੈਗੀ ਹੈ, ਇਹ ਚੋਕਲੇਟ ਸਿਸਟ ਹੈ। ਸਰ ਸਾਡੇ ਐਕਸਪੀਰੀਅੰਸਿਸ ਕਹਿੰਦੇ ਹੈ ਕਿ ਅਸੀਂ ਵਿਦਆਊਟ ਲੈਪਰੋਸਕੋਪੀ ਚੋਕਲੇਟ ਸਿਸਟ ਵੀ ਕਵਰ ਹੋ ਜਾਂਦੀ ਹੈ, ਬਟ ਇਟ ਵਿਲ ਟੇਕ 6-8 ਮੰਥਸ। ਉਹਦਾ ਅਦਰ ਹੈਂਡ ਸਰ ਅਸੀਂ ਗੱਲ ਕਰੀਏ
ਕਿ ਹੁਣ ਮੰਨ ਲਓ ਉਹਨਾਂ ਨੂੰ ਪ੍ਰੈਗਨੈਂਸੀ ਕੰਸੀਵ ਨਹੀਂ ਹੋ ਰਹੀ, ਕਿਉਂਕਿ ਅੱਜ ਦਾ ਸਾਡਾ ਟੋਪਿਕ ਇਹੀ ਸੀਗਾ ਕਿ ਪ੍ਰੈਗਨੈਂਸੀ ਕੰਸੀਵ ਨਹੀਂ ਹੁੰਦੀ ਹੈਗੀ, ਤਾਂ ਉੱਥੇ ਉਹਨਾਂ ਨੇ ਐਗਸ ਨੂੰ ਅਤੇ ਆਪਣਾ ਸਪਰਮ ਨੂੰ ਕਿਸ ਤਰ੍ਹਾਂ ਸਟਰੋਂਗ ਕਰਨਾ। ਸਰ ਅਗਰ ਐਗ ਸਟਰੋਂਗ ਹੀ ਨਹੀਂ ਹੋਏਗਾ, ਹੁਣ ਅਸੀਂ ਗੱਲ ਕੀਤੀ ਸੀਗੀ ਕਿ ਮਤਲਬ ਜਿਹੜੇ ਅੰਡੇ ਬਣ ਰਹੇ ਹੈਗੇ ਹੈ ਉਹ ਬਾਹਰ ਨਹੀਂ ਨਿਕਲਦੇ, ਮੀਨਸ ਉਹ ਪਾਵਰਫੁਲ ਨਹੀਂ ਹੈਗੇ, ਉਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਗਾ। ਸਰ ਉਹਨਾਂ ਨੂੰ ਪ੍ਰੋਜੈਸਟਰੋਨ ਅਤੇ ਐਸਟ੍ਰੋਜਨ ਚਾਹੀਦਾ ਆ, ਜਿਹੜਾ ਕਿ ਨੋਟ ਓਨਲੀ ਫਰੋਮ ਐਲੋਪੈਥੀ ਮੈਡੀਸਨ, ਦੇ ਕੈਨ ਡਾਇਰੈਕਟਲੀ ਔਡਰ ਸ਼ਾਲਿਨੀ ਪ੍ਰੋਡਕਟ ਫਰੋਮ ਹੇਅਰ ਔਰ ਓਨ ਦਾ ਅਦਰ ਹੈਂਡ। ਸਰ ਸੌਭਾਗਿਆ ਸਰ ਸੌਭਾਗਿਆ ਦਾ ਤਾਂ ਅਸੀਂ ਕਲੀਅਰ ਕਰੀਏ, ਡਾਕਟਰਸ ਐਲੋਪੈਥੀ ਕਹਿ ਦਿੰਦੇ ਆ ਕਿ ਏ ਐਮ ਐਚ ਇਜ਼ ਰਿਸਪੋਂਸੀਬਲ ਫੋਰ ਕੰਸੈਪਸ਼ਨ, ਅਤੇ ਏ ਐਮ ਐਚ ਇਨਕਰੀਜ਼ ਨਹੀਂ ਹੁੰਦਾ। ਸਰ ਮੇਰੇ ਐਕਸਪੀਰੀਅੰਸਿਸ ਕਹਿੰਦੇ ਆ ਕਿ 0.02 ਏ ਐਮ ਐਚ ਨੂੰ ਮੈਂ ਵਿਦ ਇਨ ਅ ਮੰਥ ਸੌਭਾਗਿਆ ਮੈਡੀਸਨ ਦੇ ਨਾਲ 0.32 ਕੀਤਾ। ਸਰ ਅਗਰ ਏ ਐਮ ਐਚ ਕਵਰ ਹੋ ਗਿਆ ਤਾਂ ਇਟ ਮੀਨਸ ਕਿ ਐਵਰੀਥਿੰਗ ਇਜ਼ ਪੋਸੀਬਲ, ਬਟ ਇਟ ਇਜ਼ ਬੇਸਡ ਓਨ ਆਰ ਸਕਸੈਸਫੁਲ ਐਂਡ ਅਨਸਕਸੈਸਫੁਲ, ਆਏ 'ਤੇ ਡਿਪੈਂਡ ਕਰਦਾ ਸਰ। ਅਤੇ ਛੋਟਾ ਜਿਹਾ ਅਸੀਂ ਹੋਰ ਐਡਵਾਈਸ ਕਰਾਂਗੇ, ਕਿਉਂਕਿ ਜਦੋਂ ਵੀ ਇਹ ਸਾਡੇ ਕੋਲ ਆਉਂਦੇ ਆ ਪੇਸ਼ੈਂਟ, ਉਹਨਾਂ ਦੇ ਸਰ ਹੇਅਰ ਫਾਲ ਬਹੁਤ ਜ਼ਿਆਦਾ ਹੁੰਦਾ ਹੈ, ਉਹਦੇ ਵਿੱਚ ਵੀ ਸਾਡੇ ਇਹ ਜਿਹੜੇ ਫਾਰਮੂਲਾਜ਼ ਹੈਗੇ ਆ, ਛੋਟੇ ਜਿਹੇ ਫਾਰਮੂਲਾ ਤਿਆਰ ਕੀਤੇ ਆ, ਤਾਂ ਜਿਹਦੇ ਸਾਨੂੰ ਪੋਜ਼ਿਟਿਵ ਰਿਜ਼ਲਟ ਆ ਰਹੇ ਆ, ਹੇਅਰ ਆਇਲ ਔਰ ਹੇਅਰ ਸ਼ੈਂਪੂ ਸਰ, ਇਨਕਲੂਡਿੰਗ ਅਸੀਂ ਮਾਸਕ ਦੇ ਰਹੇ ਹਾਂ। ਸਰ ਮਾਸਕ ਅਗਰ ਯੂਜ਼ ਕਰਦੇ ਆ ਸਰ, ਜਿਸ ਤਰ੍ਹਾਂ ਕਿ ਚੀਜ਼ ਹੈ ਜੀ ਸਰ, ਇਹ ਹੇਅਰ ਵਾਸ਼ ਕਰਨ ਤੋਂ ਬਾਅਦ ਇਹ ਮਾਸਕ ਦੇਖੋ, ਥੋੜ੍ਹੀ ਜਿਹੀ ਜੈਲ ਲੈ ਕੇ, ਹਾਂਜੀ ਇਹ ਥੋੜ੍ਹੀ ਜਿਹੀ ਜੈਲ ਹੈ ਸਰ, ਦੇਖੋ ਇਹ ਜੈਲ ਜਿਸ ਤਰ੍ਹਾਂ ਕਿ ਜੀ ਜੀ ਇੰਨੀ ਕੁ ਕਾਫੀ ਨਹੀਂ ਹੈ ਸਰ, ਇਹ ਅਕੋਰਡਿੰਗ ਟੂ ਲੈਂਥ ਡਿਪੈਂਡ ਕਰਦਾ, ਜਿਸ ਤਰ੍ਹਾਂ ਕਿ ਮੇਰੀ, ਮੈਂ ਤਾਂ ਜੀ ਮੁੰਡੇ ਦੀ ਗੱਲ ਕਰਦਾ। ਹਾਂ ਸਰ, ਬੋਇਜ਼ ਨੇ ਅਗਰ ਮਾਸਕ ਯੂਜ਼ ਕਰਦਾ ਹੈ, ਕਿਉਂਕਿ ਕਈ ਵਾਰੀ ਉਹਨਾਂ ਦੇ ਰੂਟਸ ਤੇ ਬਾਲ ਨਹੀਂ ਹੁੰਦੇ ਹੈਗੇ। ਬਹੁਤ ਸਾਰੇ ਬੱਚਿਆਂ ਦੀ ਅੱਜ ਕੱਲ੍ਹ ਸਿਕਰੀ ਦੀ ਵੀ ਬੜੀ ਪ੍ਰੋਬਲਮ ਹੈਗੀ ਹੈ ਜੀ, ਉਹ ਜਿੰਨਾ ਮਰਜ਼ੀ ਤੁਸੀਂ ਕਰੀ ਜਾਓ, ਜੋ ਮਰਜ਼ੀ ਟੋਟ ਕੇ ਕਰ ਲਓ, ਦਹੀਂ ਲਾ ਲਓ, ਨਿੰਬੂ ਲਾ ਲਓ, ਅੰਡੇ ਲਾ ਲਓ, ਉਹ ਸਿਕਰੀ ਫੇਰ ਨਹੀਂ ਜਾਂਦੀ ਬੱਚੀਆਂ, ਛੋਟੀਆਂ ਬੱਚਿਆਂ ਦੀ ਖਾਸ ਕਰਕੇ। ਜੀ ਸਰ, ਮੇਰੇ ਕੋਲ ਕੱਲ੍ਹ ਹੀ ਪੇਸ਼ੈਂਟ ਸੀਗਾ, ਸਭ ਤੋਂ ਵੱਡੀ ਗੱਲ ਤਾਂ ਸਰ ਉਹਨਾਂ ਦਾ ਲਾਈਫ ਸਟਾਈਲ, ਜਿਹੜਾ ਅਸੀਂ ਵਾਰੀ ਵਾਰੀ ਕਹਿ ਰਹੇ, ਔਰ ਨੋ ਡਾਊਟ ਸਰ ਅਸੀਂ ਵਾਰੀ ਵਾਰੀ ਸਾਨੂੰ ਕਿਉਂ ਕਹਿਣਾ ਪੈ ਰਿਹਾ, ਅਗਰ ਮੈਡੀਸਨ 40% ਰਿਸਪੋਂਸੀਬਲ ਹੈ ਤਾਂ 60% ਉਹ ਹੈ ਕਿਉਂ ਸਾਡਾ ਅਨਹੈਲਦੀ ਲਾਈਫ ਸਟਾਈਲ ਡਾਈਟ ਸਟਾਈਲ ਕਰਕੇ। ਜਿਵੇਂ ਤੁਸੀਂ ਬੱਚੇ ਦੀ ਗੱਲ ਕੀਤੀ, ਬੱਚਿਆਂ ਦਾ ਅਸੀਂ ਕੇਅਰ ਨਹੀਂ ਕਰਦੇ, ਅੱਜ ਦੇ ਟਾਈਮ 'ਤੇ ਜਿਹੜੇ ਕੈਮੀਕਲਸ ਵਾਲੇ ਬਾਹਰੋਂ ਸ਼ੈਂਪੂ ਆ ਰਹੇ ਆ ਸਰ, ਉਹ ਯੂਜ਼ ਕਰਾਂਗੇ ਤਾਂ ਸਕਿਨ ਸਾਰੀ ਡਰਾਈ ਹੋਏਗੀ ਨਾ, ਡਰਾਈ ਹੋਏਗੀ ਤਾਂ ਸਿਕਰੀ ਤਾਂ ਪੈਣੀ ਪੈਣੀ ਆ। ਅੱਛਾ ਮੈਮ, ਜੇਕਰ ਤੁਹਾਨੂੰ ਮਿਲਣਾ ਹੋਵੇ, ਤੁਹਾਡੇ ਨਾਲ ਕੰਸਲਟ ਕਰਨਾ ਹੋਵੇ, ਕੀ ਸਾਧਨ ਹੈ, ਕੀ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ? ਸਰ ਮੈਂ ਤਾਂ ਪਹਿਲਾਂ ਇਹੀ ਐਡਵਾਈਸ ਕਰਾਂਗੀ ਕਿ ਤੁਸੀਂ ਜਿਹੜੇ ਮੈਂ ਹਰ ਵਾਰੀ ਫਾਰਮੂਲਾ ਦੱਸਦੀ ਹਾਂ ਅਤੇ ਕੁਛ ਪੋਜ਼ਿਟਿਵ ਟ੍ਰੇਟਸ ਦੱਸਦੀ ਹਾਂ, ਉਹਨਾਂ ਨੂੰ ਫੋਲੋ ਕਰਨ, ਪਰ ਅਗਰ ਉਹ ਚੀਜ਼ਾਂ ਤੋਂ ਵੀ ਉਹਨਾਂ ਨੂੰ ਨਹੀਂ ਫਾਇਦਾ ਹੁੰਦਾ ਤਾਂ ਉਹ ਮੇਰੇ ਕੋਲ ਸਰ ਆ ਸਕਦੇ ਆ, ਮੋਹਾਲੀ ਫੇਸ 10 SCF 61 ਸੈਕਟਰ 64, ਤਾਂ ਇੱਥੇ ਆ ਕੇ ਸਾਡੇ ਨਾਲ ਫਿਰ ਵੀ ਕੰਸਲਟ ਕਰ ਸਕਦੇ ਆ, ਜ਼ਰੂਰਤ ਪੈਣ 'ਤੇ ਮੈਡੀਸਨ ਦੇਵਾਂਗੇ, ਅਦਰ ਸਿਰਫ ਅਦਰਵਾਈਜ਼ ਅਸੀਂ ਕੰਸਲਟੇਸ਼ਨ ਦੇ ਨਾਲ ਹੀ ਕਵਰ ਅਪ ਕਰ ਦਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਸੀਨੀਅਰ ਨਰਸਿੰਗ ਆਫਿਸਰ ਮੈਡਮ ਹਰਮੀਤ ਜੀ, ਜਿਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਪ੍ਰੈਗਨੈਂਸੀ ਤੋਂ ਬਾਅਦ ਪਪੀਤਾ, ਅਨਾਨਾਸ, ਕੌਫੀ, ਅੰਡੇ ਅਤੇ ਐਲੋਵੇਰਾ ਜੈੱਲ ਦਾ ਇਸਤੇਮਾਲ ਕਰਨਾ ਨਹੀਂ ਛੱਡਦੇ ਤਾਂ ਬਹੁਤ ਵਾਰੇ ਸਾਨੂੰ ਖਤਰੇ ਵੱਲ ਲੈ ਕੇ ਜਾ ਸਕਦਾ, ਮਿਸਕੈਰੇਜ ਵੱਲ ਲੈ ਕੇ ਜਾ ਸਕਦਾ, ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪ੍ਰੈਗਨੈਂਸੀ ਦੇ ਵੇਲੇ ਜਿਹੜੀਆਂ ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਵਾਂ ਨੂੰ ਉਹ ਹੋ ਸਕਦੀਆਂ ਨੇ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਮੈਡਮ ਹਰਮੀਤ ਜੀ ਹੋਰਾਂ ਦਾ ਨੰਬਰ ਅਸੀਂ ਦੇ ਦਿੰਦੇ ਹਾਂ, ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ, ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਵਾ ਗਿਆ, ਅਗਲੀ ਵੀਡੀਓ ਦੇ ਵਿੱਚ ਇੱਕ ਨਵਾਂ ਟੋਪਿਕ ਲੈ ਕੇ ਹਰਮੀਤ ਜੀ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਾਸਿਫ ਫਾਰੂਕੀ ਨੂੰ ਇਜਾਜ਼ਤ ਦਿਓ, ਧੰਨਵਾਦ।